ਇਹ ਕੋਈ ਕਹਿੰਦਾ ਕਿ ਡੇਰੇ ਦੇ ਗੁਰਦੁਆਰੇ ਕੀ ਫਰਕ ਹੈ, ਉੱਥੇ ਸਿੱਧ ਹੈ, ਅਸੀਂ ਜਾ ਕੇ ਫਤਿਹ ਬੁਲਾਈ, ਅਸੀਂ ਕਹਿੰਦੇ ਇੱਕ ਸਿੰਘ ਹੈ ਉਹਦਾ ਆਨੰਦਗੜ੍ਹ ਜਾਂ ਫਲਾਣਾ ਪਿੰਡ ਹੈ, ਬਸ ਉਤਰੇ ਹਾਂ, ਲੇਟ ਬਹੁਤ ਹੋ ਗਿਆ, ਫਿਰ ਜਾਣਾ। ਉਹ ਰਾਬਾ ਤੋਂ ਬਾਬਾ ਉਹਨਾਂ ਨੇ ਪਿੰਡ ਵਾਲਾ ਜਾਣਦਾ ਸੀ, ਸੰਬੰਧ ਕਿਹੜੇ, ਕੋਈ ਗੱਲ ਨਹੀਂ, ਆਪਾਂ ਫੋਨ ਕਰਕੇ ਤੁਹਾਨੂੰ ਲੈ ਜਾਂਦੇ, ਮੈਂ ਕਹਿੰਦਾ ਜੇ ਉਹ ਨਾ ਆਏ ਤੁਸੀਂ ਛੱਡ ਆਓ ਸਾਨੂੰ। ਉਹਨੇ ਡਰਾਈਵਰ ਨੂੰ ਬਾਜ ਮਨ ਚ ਆਖਿਆ ਸਾਡੇ ਵਾਸਤੇ ਇੱਕ ਵਾਰ 4 ਕਿਲੋਮੀਟਰ ਦੂਰ ਜਾਣਾ ਸਾਨੂੰ, ਕਿ ਸਾਡਾ ਉਹਨੇ ਤੇਲ ਲੈ ਗਏ ਨਾਲ, ਕੋਈ 10 ਵਜੇ ਮਾੜੀ ਕਿਸਮਤ, ਤੁਸੀਂ 10 ਵਜੇ ਤੁਸੀਂ ਮਿਸ਼ਨ ਕਾਲ ਗੁਰਮੁਖ ਕਿਹਾ ਮਿਸ਼ਨ ਕਾਲ ਵਿੱਚ ਪੜ ਗਏ ਤੇ ਸਟੂਡੈਂਟ ਇਹਨਾਂ ਨੂੰ ਤੇਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉੱਚੇ ਅਹੁਦੇ ਨੂੰ ਲੱਤ ਮਾਰੀ ਕਦੋਂ,
ਜਦੋਂ ਸਮੇਂ ਦੀਆਂ ਸਰਕਾਰਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕੀਤਾ 1984 ਦੇ ਵਿੱਚ, ਉਸ ਸਮੇਂ ਸਰਦਾਰ ਸਿਮਰਜੀਤ ਸਿੰਘ ਮਾਨ DIG ਪੰਜਾਬ ਸਨ, ਜਿਨ੍ਹਾਂ ਨੂੰ 3 MP 27 MLA ਅਤੇ ਅਨੇਕਾਂ ਥਾਣੇਦਾਰ ਹਾਲਦਾਰ ਸਿਪਾਹੀ ਸੀਸ ਚੁਕਾਉਂਦੇ ਸੀ, ਜਿਨ੍ਹਾਂ ਨੂੰ 3 ਜ਼ਿਲ੍ਹਿਆਂ ਦੀ ਪੁਲਿਸ ਨਮਸਕਾਰ ਕਰਦੀ ਸੀ, ਜਿਨ੍ਹਾਂ ਦਾ 3 ਜ਼ਿਲ੍ਹਿਆਂ ਦੀ ਪੁਲਿਸ ਤੇ ਹੁਕਮ ਚੱਲਦਾ ਸੀ, ਜਿਸ ਦੀ ਮੁੱਖ ਮੰਤਰੀ ਜੀ ਨੇ ਪਾਵਰ ਘਰੇ ਬੈਠੀ ਦੀ ਸੀ। ਉਹਨੂੰ ਕੀ ਲੋੜ ਸੀ? ਪਰ ਕੌਮ ਦੀ ਖਾਤਰ, ਧਰਮ ਦੀ ਖਾਤਰ, ਅਣਖ ਦੀ ਖਾਤਰ, ਆਵਾਜ਼ ਥੋੜੀ ਜਿਹੀ ਫਿੱਕੀ ਪਈ, ਕੌਮ ਦੀ ਖਾਤਰ, ਧਰਮ ਦੀ ਖਾਤਰ, ਅਣਖ ਦੀ ਖਾਤਰ ਇਸ ਮਹਾਨ ਯੋਧੇ ਨੇ ਆਪਣੇ ਉੱਚ ਅਹੁਦੇ ਤੋਂ ਅਸਤੀਫਾ ਦਿੱਤਾ। ਕਹਿੰਦਾ ਜਿਸ ਰਾਜ ਦੇ ਵਿੱਚ ਧੰਨ ਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੇਅਦਬੀ ਹੋਵੇ, ਮੈਂ ਉਸ ਸਰਕਾਰ ਦੀ ਨੌਕਰੀ ਨਹੀਂ ਕਰਨੀ। ਅਸਤੀਫਾ ਦਿੱਤਾ। ਫਿਰ ਅਸਤੀਫਾ ਦੇਣ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੋ ਕੁਝ ਮਾਨ ਸਾਹਿਬ ਤੇ ਬੀਤਿਆ, ਕਿੰਨੀਆਂ ਦੁੱਖ ਤਕਲੀਫਾਂ, ਕਿੰਨੇ ਕਸ਼ਟ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਆਪਣੇ ਸਿਰ ਉੱਤੇ ਚੱਲੇ, ਤੇ ਉਸ ਕੌਮ ਦਾ ਮਹਾਨ ਜਰਨੈਲ ਅੱਜ ਸਾਡੇ ਦਰਮਿਆਨ ਥੋੜੇ ਸਮੇਂ ਵਿੱਚ ਪਹੁੰਚ ਰਿਹਾ ਹੈ। ਬਹੁਜਨ ਮੁਕਤੀ ਮੋਰਚਾ ਪੰਜਾਬ ਦੇ ਆਗੂ ਸਾਹਿਬਾਨ ਵੀ ਸਾਡੇ ਦਰਬਾਰ ਥੋੜੇ ਸਮੇਂ ਵਿੱਚ ਪਹੁੰਚ ਰਹੇ ਹੈ। ਉਹਨਾਂ ਦੇ ਨਾਲ ਪ੍ਰੋਫੈਸਰ ਮਹਿੰਦਰ ਸਿੰਘ ਅਤੇ ਗੁਰਜੰਟ ਸਿੰਘ ਜੀ ਕੱਟੂ ਸਾਹਿਬ ਹੋਰ ਆਗੂ ਸਾਹਿਬਾਨ ਸਾਡੇ ਦਰਮਿਆਨ ਥੋੜੇ ਸਮੇਂ ਵਿੱਚ ਪਹੁੰਚਣ ਵਾਲੇ ਹੈ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਭਾਵੇਂ ਬਹੁਤ ਸਤਿਕਾਰਯੋਗ ਜਥੇਦਾਰ ਗੁਰਬਖਸ਼ ਸਿੰਘ ਜੀ ਮਲਤਾਨੀ ਸਾਹਿਬ, ਇਹਨਾਂ ਨੇ ਸੁਨੇਹੇ ਲਾਏ ਹੋਏ ਹੈ, 4 ਚੁਫੇਰੇ ਸੱਦੇ ਪੱਤਰ ਭੇਜੇ ਹੋਏ ਹੈ, ਫਿਰ ਵੀ ਜਿਹੜੀਆਂ ਸੰਗਤਾਂ ਬਾਹਰ ਖੜੀਆਂ ਹੈ, ਜਿਹੜੀਆਂ ਕਿਸੇ ਨੂੰ ਮਾਫ਼ ਨਹੀਂ ਕਰਦਾ। ਇਤਿਹਾਸ ਨੇ ਹਮੇਸ਼ਾ ਗਦਾਰ ਨੂੰ ਗਦਾਰ ਆਖਿਆ ਤੇ ਦੇਸ਼ ਭਗਤ ਨੂੰ ਦੇਸ਼ ਭਗਤ ਆਖਿਆ, ਜਿਹੜੇ ਕੌਮ ਦੀ ਖਾਤਰ, ਧਰਮ ਦੀ ਖਾਤਰ, ਅਣਖ ਦੀ ਖਾਤਰ ਕੁਰਬਾਨੀ ਕਰਕੇ ਜਾਂਦੇ ਹੈ, ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਦਰ ਤੋਂ ਸ਼ਹੀਦੀ ਦਾ ਰੁਤਬਾ ਪ੍ਰਾਪਤ ਹੁੰਦਾ ਹੈ। ਪਰ ਜਿਹੜੇ ਕੌਮ ਦੇ ਪਿੱਠ ਵਿੱਚ ਛੁਰਾ ਮਾਰ ਜਾਂਦੇ ਆ, ਜਿਹੜੇ ਕੌਮ ਨਾਲ ਧੋਖਾ ਕਰ ਜਾਂਦੇ ਆ, ਜਿਹੜੇ ਕੌਮ ਦੇ ਨਾਲ ਗਦਾਰੀ ਕਰ ਜਾਂਦੇ, ਉਹਦੇ ਮੱਥੇ ਵਿੱਚ ਸਾਰੀ ਉਮਰ ਵਾਸਤੇ ਕਲੰਕ ਲੱਗ ਜਾਂਦਾ। ਇਤਿਹਾਸ ਮੁਆਫ ਨਹੀਂ ਕਰਦਾ। ਸ਼ਹਿਰ ਨੇ ਬਹੁਤ ਸੋਹਣੀਆਂ ਲੈਣਾ ਲਿਖੀਆਂ, ਉਹ ਕਹਿੰਦਾ ਆਵੇ ਵਾਸ਼ਨਾ ਧਰਤੀ ਦੀ ਹਿੱਕ ਵਿੱਚੋਂ, ਬਹੁਤ ਅੱਛੇ ਭਾਈ, ਆਵੇ ਵਾਸ਼ਨਾ ਧਰਤੀ ਦੀ ਹਿੱਕ ਵਿੱਚੋਂ, ਜਿੱਥੇ ਰਤ ਸ਼ਹੀਦਾਂ ਦੀ ਛਾਤੀ ਤਾਣ ਚਟਾਨ ਦੇ ਵਾਂਗ ਖੜਦੇ, ਜਦੋਂ ਜਨਮ ਹਨੇਰੀ ਝੁੱਲ ਜਾਂਦੀ, ਕੀ ਕਹਿਣਾ ਤੇ ਕੀ ਬਸ ਨਹੀਂ ਕਹਿਣਾ, ਹੋਣੀ ਆਣ ਸਿੱਕਾ ਕੋਲੇ ਭੁੱਲ ਜਾਂਦੀ, ਨਾਮ ਰੋਸ਼ਨ ਸ਼ਹੀਦਾਂ ਦੇ ਜੱਗ ਉੱਤੇ ਬੱਤੀ ਹੋ ਗਦਾਰਾਂ ਦੀ ਗੁੱਲ ਜਾਂਦੀ। ਬਹੁਤ ਸਤਿਕਾਰਯੋਗ ਢਾਡੀ ਸਾਹਿਬਾਨ ਰਣਜੀਤ ਸਿੰਘ ਜੀ ਖਾਲਸਾ ਮੌੜਾਂ ਵਾਲੇ, ਜਿਹੜੇ ਬਰਗਾੜੀ ਮੋਰਚੇ ਦੇ ਵਿੱਚ ਲਗਾਤਾਰ ਹਾਜ਼ਰੀ ਭਰਦੀ ਹੈ। ਅਸੀਂ ਤਾਂ ਗੈਰ ਹਾਜ਼ਰ ਹੋ ਜਾਂਦੇ ਹਾਂ ਕਿਤੇ ਨਾ ਕਿਤੇ, ਪਰ ਇਹਨਾਂ ਦਾ ਅਸੂਲ ਹੈ, ਇਹ ਲਗਾਤਾਰ ਬਰਗਾੜੀ ਮੋਰਚੇ ਦੇ ਵਿੱਚ ਭਾਈ ਸਾਹਿਬ ਭਾਈ ਧਿਆਨ ਸਿੰਘ ਜੀ ਮਨ ਸਾਹਿਬ ਦੇ ਨਾਲ ਢਾਡੀ ਵਾਰਾਂ ਗਾ ਕੇ ਔਰ ਪਿੰਡਾਂ ਵਿੱਚ ਪ੍ਰਚਾਰ ਕਰਕੇ ਸੰਗਤਾਂ ਨੂੰ ਬਰਗਾੜੀ ਮੋਰਚੇ ਵਿੱਚ ਪਹੁੰਚਣ ਦੇ ਸੱਦੇ ਪੱਤਰ ਵੀ ਦਿੰਦੇ ਆ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ। ਰਣਜੀਤ ਸਿੰਘ ਜੀ ਖਾਲਸਾ ਮੌੜਾਂ ਵਾਲੇ, ਉਹ ਹਰਮਨ ਪਿਆਰੇ ਢਾਡੀ ਜਥੇ ਵੱਲੋਂ ਬਹੁਤ ਸਾਰੀ ਮਾਇਆ ਆਈਆ, ਬਹੁਤ ਧੰਨਵਾਦ। ਆਓ ਧਰਮਪਾਲ ਸਿੰਘ ਜੀ, ਉਹ ਬਹੁਤ ਸਾਰੀ ਮਾਇਆ ਭੇਜ ਗਏ। ਗੁਰਬਤਨ ਸਿੰਘ ਜੀ ਮੁਲਤਾਨੀ ਸਾਹਿਬ, ਜਿਨ੍ਹਾਂ ਦੇ ਨਾਲ ਦਾਸ ਦਾ ਬੜਾ ਗੂੜਾ ਪਿਆਰ ਹੈ, ਭਾਵੇਂ ਸਨਾਮ ਦੀ ਇਲੈਕਸ਼ਨ ਹੋਵੇ, ਭਾਵੇਂ ਮੋਗੇ ਦੀ ਇਲੈਕਸ਼ਨ ਹੋਵੇ, ਮਾਨ ਸਾਹਿਬ ਵੱਲੋਂ ਭਾਵੇਂ ਬਾਰਡਰ ਤੇ ਕਾਨਫਰੰਸ ਹੋਵੇ, ਕਿਤੇ ਵੀ ਪ੍ਰੋਗਰਾਮ ਹੋਵੇ, ਮੁਲਤਾਨੀ ਸਾਹਿਬ ਵੱਧ ਚੜ ਕੇ ਹਿੱਸਾ ਲੈਂਦੇ ਆ, ਤੇ ਅੱਜ ਵੀ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਾਸਤੇ ਉਹ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਆ। ਉਹਨਾਂ ਵੱਲ ਬਹੁਤ ਸਾਰੀ ਮਾਇਆ ਆਈ ਆ, ਹੋਰ ਸੰਗਤਾਂ ਵੱਲੋਂ ਬਹੁਤ ਸਾਰੀ ਮਾਇਆ ਆਈ ਆ, ਬਹੁਤ ਬਹੁਤ ਧੰਨਵਾਦ। ਆਓ ਅਗਲੀਆਂ ਲੈਣਾ,
इस तरह सरबण करो
ਕੌਮ ਦੇ ਮਹਾਨ ਯੋਧੇ ਵੀ ਬੈਠੇ ਹੈ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਭਾਈ ਦਾਨ ਸਿੰਘ ਕਰਕੇ ਜ਼ਿਕਰ ਆਉਂਦਾ ਹੈ। ਜਦੋਂ ਭਾਈ ਦਾਨ ਸਿੰਘ ਦੀ ਵਾਰੀ ਆਈ ਤੇ ਹਜ਼ੂਰ ਪਾਤਸ਼ਾਹ ਕਹਿਣ ਲੱਗੇ, ਦਾਨਿਆ ਆ ਜਾ, ਤੂੰ ਵੀ ਆਪਣਾ ਬਣਦਾ ਹਿਸਾਬ ਕਰ ਲੈ, ਤੂੰ ਵੀ ਆਪਣੀ ਤਨਖਾਹ ਲੈ ਲੈ। ਤੇ ਭਾਈ ਦਾਨ ਸਿੰਘ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਸਿਰ ਰੱਖ ਕੇ ਨਮਸਕਾਰ ਕਰਕੇ ਕਹਿਣ ਲੱਗਾ, ਸਤਿਗੁਰੂ ਤੁਹਾਡੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ, ਸਤਿਗੁਰੂ ਸਿੱਖੀ ਚਾਹੀਦੀ ਹੈ, ਮੈਂ ਤਨਖਾਹ ਕੀ ਕਰਨੀ ਹੈ। ਤੇ ਮੇਰੇ ਹਜ਼ੂਰ ਪਾਤਸ਼ਾਹ ਨੇ ਭਾਈ ਦਾਨ ਸਿੰਘ ਨੂੰ ਘੁੱਟ ਕੇ ਛਾਤੀ ਨਾਲ ਆਇਆ, ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਾ ਕੇ ਦਾਨੇ ਤੋਂ ਭਾਈ ਦਾਨ ਸਿੰਘ ਬਣਾ ਦਿੱਤਾ। ਤੇ ਜਿਹੜੀ ਮਾਇਆ ਬੱਚੀ ਉਹ ਹਜ਼ੂਰ ਪਾਤਸ਼ਾਹ ਨੇ ਉਸੇ ਹੀ ਧਰਤੀ ਤੇ ਨੱਪ ਦਿੱਤੀ ਵੀ ਆਪਾਂ ਮਾਇਆ ਕੀ ਕਰਨੀ ਹੈ। ਉੱਥੋਂ ਸਤਿਗੁਰੂ ਨੇ ਚਾਲੇ ਪਾਏ ਹੈ ਤੇ ਹੁਣ ਜਿਹੜੇ ਲੋਕ ਤਨਖਾਹਾਂ ਦੀ ਖਾਤਰ ਗਏ ਸਨ ਉਹਨਾਂ ਲੋਕਾਂ ਨੇ ਉਹ ਮਿੱਟੀ ਖੋਦਣੀ ਸ਼ੁਰੂ ਕਰ ਦਿੱਤੀ ਭਾਈ ਸਤਿਗੁਰੂ ਨੇ ਇਸ ਜਗ੍ਹਾ ਖਜ਼ਾਨਾ ਨੱਪਿਆ ਵੀ ਇੱਥੋਂ ਅਸੀਂ ਮਾਇਆ ਪ੍ਰਾਪਤ ਕਰਾਂਗੇ। ਇੱਥੋਂ ਹਰ ਦਮ ਕੀਰਤਨ ਕਰ ਭਾਣੀ ਧਾਰ।
ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸਾਹਿਬ ਅਤੇ ਉਹਨਾਂ ਦੇ ਨਾਲ ਆਏ ਹੋਏ ਸਾਰੇ ਆਗੂ ਸਾਹਿਬਾਨ ਦਾ ਇੱਥੋਂ ਦੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਦਰਬਾਰ ਸਾਰਿਆਂ ਨੂੰ ਜਿਉਂ ਆਇਆ ਸਾਰੀਆਂ ਸੰਗਤਾਂ ਦਰਬਾਰ ਆਓ ਅਗਲਾ ਪ੍ਰੋਗਰਾਮ ਮਾਸਟਰ ਕੁਲਦੀਪ ਸਿੰਘ ਜੀ ਆਪ ਸੰਗਤਾਂ ਨੂੰ ਜਾਣੂ ਕਰਾਉਣਗੇ ਫਤਿਹ ਰਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਟੇਜ ਦੇ ਉੱਤੇ ਖੜੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਉਹ ਸਟੇਜ ਤੋਂ ਥੱਲੇ ਜਾ ਕੇ ਪੰਡਾਲ ਵਿੱਚ ਬਿਰਾਜਮਾਨ ਹੋਣ ਤਾਂ ਕਿ ਸਮਾਗਮ ਦੀ ਸ਼ੁਰੂਆਤ ਕੀਤੀ ਜਾ ਸਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਮੂਹ ਸੰਗਤ ਨੂੰ ਤਾਂ ਜਿਹੜੇ ਸਟੇਜ ਦੇ ਮੂਹਰੋਂ ਵੀ ਖਲੋਤੇ ਨੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹਨਾਂ ਦੇ ਸਵਾਗਤ ਵਿੱਚ ਸ਼ਾਂਤੀਪੂਰਵਕ ਬੈਠੋ ਤੇ ਅਗਲੇ ਸਵਾਗਤ ਦੀ ਸ਼ੁਰੂਆਤ ਕਰਦੇ ਹਾਂ ਭਾਈ ਬਲਵਿੰਦਰ ਸਿੰਘ ਜੀ ਜਿਹਨਾਂ ਨੇ ਆਪ ਜੀ ਨਾਲ ਸਾਂਝ ਪਾਈ ਆ ਢਾਡੀ ਵਾਲਿਆਂ ਦੇ ਨਾਲ ਮੈਂ ਹੁਣ ਬੇਨਤੀ ਕਰੂੰਗਾ ਭਾਈ ਰਣਜੀਤ ਸਿੰਘ ਜੀ ਖਾਲਸਾ ਮੌੜ ਮੰਡੀ ਵਾਲੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ 15-20 ਮਿੰਟ ਵਾਸਤੇ ਸਟੇਜ ਤੇ ਆਉਣ ਤੇ ਢਾਡੀ ਵਾਲਿਆਂ ਨਾਲ ਆਪ ਨੂੰ ਸਰਵਨ ਕਰਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.
सन्मानयोग सतगुरां दी गुरु सवारी गुरु प्यारी शासक जी गुरु प्यारे खालसा जी आ एक बार सारी संगत आपां फतेह दा स्मरण कर लिए सारे मेरे वीर वड्डी गिणती दे विच अज आपां पहुंचे हां सो सारी संगत ने एक बार हाजरी लाउणी है तमने महान जरनैल सरदार सुखजीत सिंह ने मान प्रधान श्रोमणी अकाली दल अमृतसर ਉਹ ਆਪਣੇ ਦੇ ਵਿੱਚ ਪਹੁੰਚ ਚੁੱਕੇ ਤੇ ਸਟੇਜ ਤੇ ਵਿਰਾਜਮਾਨ ਹੋਏ ਨੇ ਸੋ ਆਪਾਂ ਸਾਰੇ ਇੱਕ ਵਾਰ ਫਤਿਹ ਦੇ ਨਾਲੇ ਤਾਂ ਪ੍ਰਧਾਨ ਜੀ ਦਾ ਸਤਿਕਾਰ ਕਰ ਦਈਏ ਤੇ ਨਾਲੇ ਆਪਣੀ ਹਾਜ਼ਰੀ ਲੱਗ ਜਾਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖੋ ਫਤਿਹ ਦਾ ਜਵਾਬ ਬਹੁਤ ਘੱਟ ਆਇਆ ਕਿਉਂਕਿ ਫਤਿਹ ਐਡੀ ਵੱਡੀ ਲੰਬੀ ਬੁਲਾਓ ਮੈਂ ਤੜਕੇ 6 ਵਜੇ ਚੱਲਿਆ ਮੌੜ ਮੰਡੀ ਤੋਂ ਤੇ ਤਕਰੀਬਨ ਅਸੀਂ 11:30 ਵਜੇ ਇੱਥੇ ਪਹੁੰਚੇ ਹਾਂ ਇੰਨਾ ਰਸਤਾ ਦੂਰ ਦਾ ਇਸ ਜਥੇਦਾਰ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਮਕੇਰੀਆਂ ਦੇ ਜਿਹੜੇ ਪ੍ਰਧਾਨ ਹੈ ਤੇ ਬੜੇ ਤਨਦੇਹੀ ਨਾਲ ਸੇਵਾ ਕਰਦੇ ਹੈ ਆ ਪਿੱਛੇ ਜੇ ਅਸੀਂ ਸ਼ਾਹਕੋਟ ਜਿਮਨੀ ਚੌਂਕ ਦੇ ਵਿੱਚ ਆਏ ਸਾਂ ਤੇ ਇਹਨਾਂ ਨੇ ਆਪਣੀ ਗੱਡੀ ਲੈ ਕੇ ਉੱਥੇ ਇੱਕ ਇਲਾਕਾ ਮੰਨ ਕੇ ਰੱਖੀ ਹੈ ਤੇ ਤਕਰੀਬਨ ਦਿਨ ਰਾਤ ਇੱਕ ਕੀਤੀ ਬਹੁਤ ਵੱਡੀ ਇਹ ਸੇਵਾ ਕਰਦੇ ਹੈ ਅੱਜ ਉਹ ਸੇਵਾ ਦੀ ਬਦੌਲਤ ਕਿਵੇਂ ਇਕੱਠ ਹੱਥਾਂ ਮਾਰਦਾ ਸੋ ਇਸ ਕਰਕੇ ਆਓ ਆਪਾਂ ਦੋ ਕਵਿਤਾ ਤੁਹਾਡੇ ਆਸਾਨੀਆਂ ਕਰਨੀਆਂ ਨੇ ਸੋ ਮੈਥੋਂ ਪਹਿਲਾਂ ਢਾਡੀ ਰੱਥਾ ਭਾਈ ਬਲਵਿੰਦਰ ਸਿੰਘ ਜੀ ਭਗਤਾ ਉਹਨਾਂ ਨੇ ਸੇਵਾ ਨਿਭਾਈ ਹੈ ਤੇ ਸਾਨੂੰ ਹੁਕਮ ਹੋਇਆ ਸੀ ਜਥੇਦਾਰ ਗੁਰਬਚਨ ਸਿੰਘ ਜੀ ਵੱਲੋਂ ਵੀ ਜਿੱਤੇ ਮੈਂ ਪ੍ਰਧਾਨ ਸਾਹਿਬ ਜੀ ਨੂੰ ਮਕੇਰੀਆਂ ਬੁਲਾਉਣਾ ਹੈ ਤੇ ਉਹਦੇ ਤੁਸੀਂ ਆਪਣਾ ਟਾਈਮ ਸਾਡੀ ਖਾਤਰ ਰੱਖਿਓ ਤੇ ਅਸੀਂ ਹਰ ਰੋਜ਼ ਬਗਰਾੜੀ ਜਾਂਦੇ ਹਾਂ ਮੋਰਚੇ 'ਚ ਪਰ ਅੱਜ ਸਾਡੀ ਹਾਜ਼ਰੀ ਉੱਥੇ ਨਹੀਂ ਅਸੀਂ ਅੱਜ ਇੱਥੇ ਹਾਜ਼ਰੀ ਲਾਉਣ ਵਾਸਤੇ ਆਏ ਹਾਂ ਸੋ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਜਿਹੜੇ ਮਿਰਚਾਂ ਵਾਲੇ ਸ਼੍ਰੀ ਰਾਘੂ ਹਨ ਮਕੇਰੀਆਂ ਦੇ ਜਥੇਦਾਰ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਨ ਸਨਮਾਨ ਭੇਜਿਆ ਗਿਆ ਹੈ ਢਾਡੀ ਜਥੇ ਨੂੰ ਸਰਦਾਰ ਗੁਰਮੀਤ ਸਿੰਘ ਜੀ ਮਾਨ ਜ਼ਿਲ੍ਹਾ ਪ੍ਰਧਾਨ ਪਠਾਨਕੋਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਨ ਸਨਮਾਨ ਢਾਡੀ ਜਥੇ ਨੂੰ ਭੇਜਿਆ ਹੈ ਸੋ ਗੁਰੂ ਕਿਰਪਾ ਕਰੇ ਜਿਹੜੇ ਵੀਰ ਹਜੇ ਤੱਕ ਜਲ ਪਾਣੀ ਛਕਣ ਵਾਲੀ ਉਹ ਰਹਿੰਦੇ ਆ ਚਾਹ ਪਾਣੀ ਇੱਕ ਬੰਨੇ ਉਧਰ ਪਕੌੜੇ ਤੇ ਚਾਹ ਚੱਲ ਰਹੀ ਹੈ ਕੱਲਾ ਕੱਲਾ ਜਾ ਕੇ ਚਾਹ ਛਕਣ ਦੀ ਖੇਚਲਾ ਕਰੋ ਕਿਉਂਕਿ ਇਹ ਪ੍ਰੋਗਰਾਮ ਜਿਹੜਾ ਲੰਮਾ ਚੱਲਣਾ ਹੈ ਤੁਹਾਡੇ ਨਾਲ ਖੁੱਲੀਆਂ ਵਿਚਾਰਾਂ ਕਰਨੀਆਂ ਨੇ ਹੋਰ ਸਾਡੇ ਇਸ ਇਲਾਕੇ ਦੇ ਜਲੰਧਰ ਇਲਾਕੇ ਦੇ ਪਠਾਨਕੋਟ ਏਰੀਏ ਦੇ ਮਕੇਰੀਆਂ ਨੇ ਜਥੇਬੰਦੀ ਪਹੁੰਚੀ ਹੈ ਸਾਰੀ ਸੋ ਆਓ ਜਿੱਥੇ ਆਪਾਂ ਉਹ ਬਲਗਾੜੀ ਮੋਰਚਾ ਲੱਗਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਬੇਅਬਦੀ ਹੋਈ ਜਿੱਥੇ ਦੇ 95 ਦਿਨ ਹੋ ਗਏ ਹੈ 3 ਮਹੀਨੇ ਤੇ 5-7 ਦਿਨ ਉੱਪਰ ਹੋ ਗਏ ਹੈ ਸਾਡੇ ਕੌਮ ਦੇ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਸਿੰਘ ਸਾਹਿਬ ਭਾਈ ਬਜੀਤ ਸਿੰਘ ਜੀ ਦਾਦੂਵਾਲ ਸਿੰਘ ਸਾਹਿਬ ਭਾਈ ਮਨੀਕ ਸਿੰਘ ਅੰਜਾਰ ਸਾਹਿਬ ਇਹ ਜਿਹੜੇ ਜਥੇਦਾਰਾਂ ਨੇ ਮੋਰਚਾ ਲਾਇਆ ਤੇ ਮੈਂ 1 ਜੂਨ ਤੋਂ ਉੱਥੇ ਹਾਜ਼ਰੀ ਭਰ ਰਹੇ ਹਾਂ ਪਰ ਅੱਜ ਦੀ ਹਾਜ਼ਰੀ ਸਾਡੀ ਇਹ ਤੁਹਾਡੀ ਸਭਾ ਦੇ ਵਿੱਚ ਹੈ ਇਹ ਜਿਹੜਾ ਜਥਾ ਨਿਸ਼ਕਾਮ ਸੇਵਾ ਕਰਦਾ ਮੋਰਚੇ ਦੇ ਵਿੱਚ 1 ਜੂਨ ਤੋਂ ਲੈ ਕੇ ਸੋ ਆਓ ਸਰਵਣ ਕਰੀਏ ਸੰਤ ਬਾਬਾ ਜਨੈ ਸ੍ਰੀ ਖਾਲਸਾ ਭਿੰਡਰਾਂ ਵਾਲੇ ਉਹ ਬੀਬੀ ਸੀ ਦੇ ਮਹਾਨ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਮੇਰੇ ਵੀਰਾਂ ਨੂੰ ਵੀ ਅੱਜ ਪ੍ਰਧਾਨ ਸਾਹਿਬ ਜੀ ਨੇ ਟਾਈਮ ਇਕੱਲਾ ਆਪਾਂ ਨੂੰ ਦਿੱਤਾ ਮਕੇਰੀਆਂ ਨੂੰ ਤੇ ਤੁਸੀਂ ਸਾਰੇ ਮੇਰੇ ਵੀਰ ਥੱਲੇ ਬੈਠਣ ਦੀ ਕਿਰਪਾਲਤਾ ਕਰੋ ਹਜੇ ਕਿਸੇ ਨੇ ਫੋਟੋ ਨਹੀਂ ਲਿਆਉਣੀ ਕਿਉਂਕਿ ਧਿਆਨ ਉਧਰ ਚਲਿਆ ਜਾਂਦਾ ਹੈ ਜਿੰਨੇ ਮੇਰੇ ਵੀਰ ਪਿੱਛੇ ਖੜੇ ਹੈ ਤੇ ਮੋਬਾਈਲ ਵਾਲਿਆਂ ਨੂੰ ਮੈਂ ਬੇਨਤੀ ਕਰਾਂ ਕਿਰਪਾ ਕਰਕੇ ਤੁਸੀਂ ਸਾਰੇ ਬੈਠੋ ਤਾਂ ਤੁਹਾਡੇ ਨਾਲ ਵਿਚਾਰਾਂ ਕਰਨੀਆਂ ਨੇ ਇਹ ਪ੍ਰਧਾਨ ਜੀ ਦਾ ਹੁਕਮ ਹੈ ਮੈਂ ਗੱਲ ਕਰ ਰਿਹਾ ਉਹ ਸੰਤ ਬਾਬਾ ਜਨੈ ਸ੍ਰੀ ਖਾਲਸਾ ਢਿੰਡਰਾ ਵਾਲਿਆਂ ਦੀ ਤੇ ਸਵਾਦ ਤਾਂ ਹੀ ਆਵੇਗਾ ਜੇ ਤੁਹਾਡਾ ਧਿਆਨ ਸਟੇਜ ਵੱਲ ਹੋਵੇਗਾ ਕਿਉਂਕਿ ਜੇ ਤੁਹਾਡਾ ਧਿਆਨ ਫੋਟੋਆਂ ਵੱਲ ਰਹਿ ਗਿਆ ਤੇ ਪਤਾ ਨਹੀਂ ਲੱਗਣਾ ਵੀ ਬਠਿੰਡੇ ਵਾਲਾ ਜਿੱਥਾ ਕੀ ਗਾ ਕੇ ਗਿਆ ਤੇ ਕੀ ਕਹਿ ਕੇ ਗਏ ਇਸ ਕਰਕੇ ਮੈਂ ਪਹਿਲੀ ਵਾਰ ਇਸ ਇਲਾਕੇ 'ਚ ਆਇਆ ਪਹਿਲੀ ਵਾਰ ਜਦੋਂ ਨਾ ਸਾਡੇ ਢਾਡੀ ਰੱਥਾ ਬਣਿਆ ਹੈ ਉਦੋਂ ਤੋਂ ਅਸੀਂ ਮਕੇਰੀ ਹੈ ਤੇ ਮੈਂ ਬੇਨਤੀ ਕਰਾਂ ਮੇਰੇ ਨੌਜਵਾਨ ਵੀਰ ਜਿਹੜੇ ਪਿੱਛੇ ਖੜੇ ਆ ਕਿਰਪਾ ਕਰਕੇ ਬਾਅਦ 'ਚ ਫੋਟੋ ਲਵਾਓ ਤਾਂ ਹਵਾਉਂ ਦੇ ਪ੍ਰਧਾਨ ਜੀ ਨੂੰ ਕਿਉਂਕਿ ਦੂਰੋਂ ਆਏ ਨੇ ਤੇ ਬੜੇ ਪ੍ਰੇਮ ਨਾਲ ਬੈਠਣ ਦੇ ਆਓ ਮੈਂ ਕਵਿਤਾ ਲਵਾਵਾਂ ਸਰ ਧਰਤੀ ਵਾਲੀ ਜੋ ਬੱਬਰ ਦਰੇਰਾ ਲਾਈ ਹੈ ਭਿੰਡਰਾਂ ਵਾਲੇ ਸੰਤਾ ਸੁੱਤੀ ਕੋਮ ਨਿਗਾਈ ਹੈ ਕਿਤੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ ਸ਼ਾਇਰ ਕਹਿੰਦਾ ਸਾਨੂੰ ਤਿੱਖੀ ਤਲਵਾਰ ਨੇ ਜਨਮ ਦਿੱਤਾ ਗੁਰਤੀ ਮਿਲੀ ਆ ਖੰਡੇ ਦੀ ਧਾਰ ਵਿੱਚੋਂ ਸਾਬਦ ਸੂਰਤ ਦੇ ਸਰ ਦਸਤਾਰ ਸੋਹਣੀ ਸਾਡਾ ਵੱਖਰਾ ਰੂਪ ਸੰਸਾਰ
ਦੇ ਸਰ ਦੇ ਕੇ ਲਈਆਂ ਸਰਦਾਰੀਆਂ ਨੇ ਆਓ ਮਾਣ ਵੱਡੀ ਵਾਰ ਧਾਰੀ ਤਾਂ ਇਉਂ ਕਹਿ ਰਹੇ ਨੇ ਸਕਦਾ ਹੈ।
क्योंकि जे नेता बढ़िया होवे ते हुण कोई चिट्टे दा व्यापारी है, कोई बरेती दा व्यापारी है, कोई कासे दा व्यापारी है। दूजी गल गुरु ग्रंथ साहब ने सौदे कर लिए, और पखंडी सारा बोतां कतर इन्होंने अंग पाल के गलियां च रोड़ दते है। सजणों मैं तां बोलदा है, असी इक जून तो लेके बरगाड़ी मोर्चे च जिते सिंह साहब जी बैठे ते असी साडा ढाडी दा भी सेवा निभाउंदा है। ऐ कौम दा जरनैल जिहड़ा 20 वार तकरीबन जत्थे लै गया वड्डे वड्डे, आ हुण तां चलो ठंड जी है, इहतों पहिलां जून दा महीना गर्मी दा सी, जत्था तुरदा सी पिंडा चो 10 बजे ते प्रधान साहब नाल नाल जांदे ते पहुंचदे 1:30 बजे पूरे गर्मी दे विच। मेरे पिंड तो जो जत्था मौड़ मंडी तो चलिया बड़ी कैंट दी गर्मी ते पर अपने जरनैल ने गुरमुखो मूहरे गवाही कीती है। ते जेकर अज गुरु ग्रंथ साहब जी बेनती ते बोलदे ते सरदार संत सिंह जी मान बोलदा है, ਭਾਈ ਗੁਰਵਚਨ ਮਕੇਰੀਆ ਬੋਲਦਾ ਹੈ, ਸੋ ਸਾਧ ਸੰਗਤ ਇਹ ਸਾਰੇ ਜਥੇ ਬੋਲਦੇ ਹੈ। ਤੇ ਵੋਟਾਂ ਵੇਲੇ ਸੱਜਣੋ ਧਿਆਨ ਰੱਖਣਾ ਤੁਸੀਂ, ਮੈਂ ਇੰਨੀ ਗੱਲ ਕਹਿੰਦਾ ਪਰ ਹੁਣ ਤੁਸੀਂ ਫੈਸਲਾ ਕਰੋ। ਆਪ ਤੇ ਪਾਰ ਦੀ ਲੜਾਈ ਹੈ, ਜੇ ਸਾਡੀ ਕੋਈ ਰਿਪੋਰਟ ਨੂੰ ਖੜਿਆ ਦੇਵੇ 5-5 ਰੁਪਿਆਂ ਚ ਵੇਚੇ ਤੇ ਉਹਦਾ ਹਾਲ ਕੀ ਹੋਣਾ ਚਾਹੀਦਾ ਹੈ। ਇਹ ਕੋਈ ਇੱਕ ਬਾਦਲ ਪਰਿਵਾਰ ਹੈ, ਅਸੀਂ ਛੜੇ ਆ ਉੱਥੇ ਮੌੜ ਮੰਡੀ ਪੁਤਲਾ ਫੂਕਿਆ, ਬਿਲਕੁਲ ਵੱਡਾ ਬਾਦਲ ਬਣਾ ਕੇ ਨਾਲ ਸਰਸੇ ਵਾਲਾ ਬਣਾ ਕੇ ਉਹ 3-4 ਸਾੜੇ ਹੈ। ਪਰ ਸੱਜਣੋ ਕੋਈ ਸਮਾਂ ਐਸਾ ਆਵੇਗਾ ਇਹਨਾਂ ਨੂੰ ਜਿਉਂਦਿਆਂ ਨੂੰ ਸਾੜ ਦੇਗਾ, ਕਿਉਂਕਿ ਇਹਨਾਂ ਨੇ ਬੇਅਬਦੀ ਕੀਤੀ ਹੈ। ਮੈਂ ਭੁੱਲ ਗਿਆ ਸੀ ਅੱਜ ਇਹ ਸਾਰਾ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ, ਅਸ਼ਿਆਰ ਵੱਲੋਂ ਅੱਜ ਜਿੰਨੀ ਟੀਮ ਮੇਰੇ ਵੀਰ ਪਹੁੰਚੀ ਹੈ ਮੀਡੀਆ ਵਾਲੇ, ਇਹ ਸਾਰਾ ਯੂਟਿਊਬ 'ਤੇ ਲਾਈਵ ਦਿਖਾ ਰਹੇ ਨੇ। ਆਓ ਮੈਂ ਇੱਕੋ ਕਵਿਤਾ ਲਾ ਕੇ ਸੱਚੇ ਪਾਤਸ਼ਾਹ ਦੀ ਫਿਰ ਮਾਫੀ ਮੰਗਾਂਗਾ, ਕਿਉਂਕਿ ਪ੍ਰਧਾਨ ਜੀ ਨੇ ਬੋਲਣਾ ਹੁਕਮ ਹੋਇਆ। ਬਰਗਾੜੀ ਮੋਰਚੇ ਦੀ ਕਵਿਤਾ ਮੈਂ ਤੁਹਾਡੇ ਸਾਂਝੀ ਕਰਾਂ। ਸਤਸੰਗ ਧੁੰਮਾ ਪੈ ਗਿਆ ਜਹਾਨ ਵਿੱਚ ਸਾਰੇ, ਬਰਗਾੜੀ ਵਿੱਚ ਚੱਲੇ ਮੋਰਚਾ। ਹੁਣ ਦੇਖੋ ਮੋਰਚੇ ਨੇ ਸਰਕਾਰ ਹਲਾ ਦਿੱਤੀ, ਜਦੋਂ ਸੰਤ ਬਾਬਾ ਜਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਿਲੇ ਉਦੋਂ ਵੀ ਸਰਕਾਰ ਹਿੱਲੀ ਸੀ, ਤੇ ਅੱਜ ਤੁਹਾਡੇ ਨਾਲ ਜੇ ਉੱਥੇ ਵੀਰੋ ਜਥੇਦਾਰ ਇਕੱਲਾ ਕੁਛ ਨਹੀਂ ਕਰ ਸਕਦਾ। ਜੇ ਮੈਂ ਕਹਾਂ ਵੀ ਸਰਦਾਰ ਸਿਮਰਜੀਤ ਸਿੰਘ ਦੀ ਮਾਨ ਇਹ ਇਕੱਲੇ ਕੁਛ ਨਹੀਂ ਕਰ ਸਕਦੇ, ਤੁਹਾਡੇ ਨਾਲ ਆ ਸਾਰਾ ਕੁਝ। ਤੁਸੀਂ ਮੋਢੇ ਨਾਲ ਮੋਢਾ ਲਾ ਕੇ ਚੱਲੋ, ਤੁਸੀਂ ਟਰੱਕ ਭਰ ਭਰ ਕੇ ਜਾਂਦੇ ਹੋ ਬਰਗਾੜੀ, ਤੁਸੀਂ ਪ੍ਰਧਾਨ ਸਾਹਿਬ ਜੀ ਨਾਲ ਤੁਰਦੇ ਹੋ, ਤੇ ਤਾਂ ਇਹ ਜਿੱਤ ਵੱਲ ਵੱਧ ਰਿਹਾ, ਮੋਰਚਾ ਜਿੱਤ ਵੱਲ ਚੱਲ ਰਿਹਾ। ਆਓ ਸਰਵਣ ਕਰੀਏ ਇੱਕ ਜੋਨ ਤੋਂ ਸਿੰਘ ਸਾਹਿਬ ਭਾਈ ਧਿਆਨ ਸਿੰਘ ਦੀ ਮੰਡ ਔਰ ਨਾਲ ਜਥੇ ਬੰਨੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਜਿਹੜੇ ਜਥੇ ਲੈ ਲੈ ਕੇ ਆਉਂਦੇ ਹੈ, ਅੱਜ ਵੀ ਸੰਘੇੜਾ ਸਾਹਿਬ ਸੰਗਰੂਰ ਬਰਨਾਲੇ ਤੋਂ ਵੱਡਾ ਜਥਾ ਲੈ ਕੇ ਗਏ ਹੈ। ਤੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ, ਜਿਹੜੇ ਵੀਰ ਹਜੇ ਤੱਕ ਨਹੀਂ ਗਏ ਉਹ ਆਪਣੀਆਂ ਗੱਡੀਆਂ ਤੇ ਕਾਫਲਿਆਂ ਦੇ ਵਿੱਚ ਜਾਓ, ਬਰਗਾੜੀ ਜਾਣਾ ਚਾਹੀਦਾ। ਤੇ ਨਹੀਂ ਸਾਨੂੰ ਮਾਫ਼ ਨਹੀਂ ਕਰਨਾ ਕਦੇ ਗੁਰੂ ਗ੍ਰੰਥ ਸਾਹਿਬ ਨੇ, ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਕਹਿਣਗੀਆਂ ਉਹ ਤੁਸੀਂ 3 ਮਹੀਨੇ ਮੋਰਚਾ ਚੱਲਦਾ ਰਿਹਾ ਤੇ ਤੁਸੀਂ ਹੁਣ ਤੱਕ ਗਏ ਨਹੀਂ, ਸਾਨੂੰ ਬਾਦਲਾਂ ਦਾ ਡੰਡ ਉੱਡ ਚੱਕਣਾ ਚਾਹੀਦਾ। ਇਸ ਕਰਕੇ ਆਓ ਆ ਬਰਗਾੜੀ ਦੀ ਧਰਤੀ ਦੇ ਮੋਰਚੇ ਦੀ ਕਵਿਤਾ ਮੌੜ ਮੰਡੀ ਵਾਲਾ ਢਾਡੀ ਤਾਂ ਹੈ ਕਿਉਂ ਕਹਿ ਰਹੇ
ਕੋਲ ਭੇਜੇ ਇਹ ਧੁੰਮਾ ਉਹ ਚੰਦੂ ਮਾਜਰਾ ਜਿਹੜਾ ਚੰਦੂ ਉਹ ਜਾ ਕੇ ਗੁਰਮੁਖ ਪਿਆਰੇ ਵਿਧਾਨ ਸਭਾ ਚ ਬੋਲਦਾ ਇਹ ਧੁੰਮਾ ਉੱਥੇ ਪਹੁੰਚ ਗਈਆਂ ਉਹਨੂੰ ਪਤਾ ਨੀ ਕੀ ਬੋਲ ਰਿਹਾ ਬਰਗਾੜੀ ਮੋਰਚੇ ਚ ਪਤਾ ਕੀ ਕਹਿੰਦਾ ਹੈ ਕਹਿੰਦਾ ਪੱਕੇ ਕੋਠੇ ਪਾ ਲਏ ਉੱਥੇ ਸਿੰਘ ਸਾਹਿਬ ਨੇ ਦੋ ਤਿੰਨ ਨਹਾਉਣ ਵਾਲੇ ਬਣਾਏ ਜਿਹੜੇ ਜਥੇਬੰਦੀਆਂ ਰਹਿੰਦੀਆਂ ਖਾਲਸੇ ਰਹਿੰਦੇ ਆ ਗੁਰੂ ਕੀ ਫੌਜ ਰਹਿੰਦੀ ਹੈ ਨਹਾਉਣ ਵਾਸਤੇ ਉੱਥੇ ਮੰਡੀ ਚ ਇੱਕ ਮੋਟਰ ਲਵਾਤੀ ਪਾਣੀ ਵਾਲੀ ਤੇ ਚੰਦੂ ਕਹਿੰਦਾ ਉਹ ਜਿਹੜਾ ਬਾਦਲਾਂ ਦਾ ਪਾਲਿਆ ਹੋਇਆ ਉਹ ਕਹਿੰਦਾ ਵੀ ਸਰਕਾਰ ਇਹਨਾਂ ਨਾਲ ਮਿਲੀ ਹੋਈ ਹੈ ਤੇ ਇਹਨਾਂ ਨਾਲ ਪੱਕਾ ਕਬਜ਼ਾ ਮੰਡੀ ਤੇ ਕਰਾ ਦਿੱਤਾ ਹੈ ਜਦ ਦੱਸੋ ਜੇ ਸਿੰਘ ਸਾਹਿਬ ਨੇ ਮੋਟਰ ਲਵਾਤੀ ਕੋਈ ਮਾੜੀ ਗੱਲ ਕੀਤੀ ਹੈ ਜ਼ਿਮੀਦਾਰ ਪਾਣੀ ਪੀਆ ਕਰਨਗੇ ਉੱਥੇ ਦਾਣਾ ਮੰਡੀ ਚ ਤੇ ਜੇ ਨਹਾਉਣ ਵਾਲੇ ਬਣਾ ਦਿੱਤੇ ਬਾਥਰੂਮ ਬਣਾ ਦਿੱਤੇ ਇਹ ਕੋਈ ਮਾੜੀ ਗੱਲ ਨੀ ਚੰਗੀ ਹੈ ਪਰ ਬਾਦਲਾਂ ਨੂੰ ਇਹ ਖਤਰਾ ਪੈਦਾ ਹੋ ਗਿਆ ਧਿਆਨ ਸਿੰਘ ਜੀ ਮੰਡ ਤੋਂ ਤੇ ਸਿੰਘ ਸਾਡੇ ਕੌਮੀ ਜਰਨੈਲ ਜਥੇਦਾਰ ਸਰਦਾਰ ਸਿਮਰਜੀਤ ਸਿੰਘ ਮਾਨ ਤੋਂ ਕਿਉਂਕਿ ਹੁਣ ਕੰਬ ਰਹੇ ਇਹਨਾਂ ਦੇ ਪਾਪ ਕੰਬ ਰਹੇ ਹੈ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਪਿੰਡ ਵੱਲ ਭੱਜਦਾ ਪਾਗਲ ਹੋ ਜਾਂਦਾ ਹੈ ਪਤਾ ਨੀ ਕੀ ਹੁਣ ਸੁੱਖਾ ਗੱਪੀ ਕਦੇ ਹਰਸਿਮਰਤ ਕੌਰ ਨੂੰ ਕੋਲੇ ਕਰ ਪੁੱਛਦਾ ਕੀ ਬਣੇਗਾ ਕਦੇ ਉਹ ਕਹਿੰਦੀ ਹੈ ਪਤੀ ਦੇਵ ਮੇਰਾ ਕੀ ਬਣੇਗਾ ਤੇਰੇ ਬਿਨਾਂ ਪਹਿਲਾਂ ਪਿਤਾ ਆਪਣਾ ਫੜ ਕੇ ਜੇਲ੍ਹ 'ਚ ਡੱਕ ਦਿੱਤਾ ਹੈ ਤੇ ਹੁਣ ਵਾਰੀ ਤੁਹਾਡੀ ਆ ਗਈ ਹੈ ਬਾਗਲੋ ਕੋਈ ਵੀ ਬੰਦਾ ਚਾਹੇ ਮੈਂ ਕਿਉਂ ਨਾ ਹੋਵਾਂ ਜਿਹੜਾ ਬੰਦਾ ਦੋਸ਼ੀ ਹੈ ਤੇ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਸਾਡੀ ਮੰਗ ਕੀ ਹੈ ਇੱਕੋ ਹੀ ਮੰਗ ਹੈ ਗੁਰੂ ਸਾਹਿਬ ਨੇ ਕਾਤਲ ਤੇ ਜਿਹੜੇ ਸਾਡੇ ਦੋ ਸਿੰਘ ਸ਼ਹੀਦ ਹੋਏ ਹੈ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਤੇ ਜਿਹੜੇ ਸਿੰਘ ਜੇਲ੍ਹਾਂ ਕੱਟ ਚੁੱਕੇ ਹੈ ਉਹਨਾਂ ਜੇਲ੍ਹੀ ਸਿੰਘਾਂ ਨੂੰ ਰਿਹਾ ਕਰੋ ਇਹ ਤਿੰਨ ਕੌਮੀ ਮੰਗਾਂ ਹੈ ਸਾਡਾ ਸਿਰ ਚੁੱਕਣਾ ਚਾਹੀਦਾ ਹਰੇਕ ਬੰਦੇ ਦਾ ਮੁਸਲਮਾਨ ਆ ਗਏ ਜੈਨੀ ਆ ਗਏ ਹਿੰਦੂ ਆ ਗਏ ਈਸਾਈ ਆ ਗਏ ਪਰ ਵੀਰੋ ਬਾਦਲ ਤੇ ਢੱਡਰੀਆਂ ਵਾਲਾ ਬਾਬਾ ਹਜੇ ਤੱਕ ਨਹੀਂ ਆਇਆ ਇਹਦਾ ਪੰਥ ਪੀਤਾ ਹੈ ਪਤਾ ਨਹੀਂ ਕੀ ਇਹਨਾਂ ਦੀ ਗੂੜੀ ਜਾ ਰਹੀ ਹੈ ਨਾ ਇਹਨਾਂ ਦਾ ਕੋਈ ਪਰਿਵਾਰ ਆਇਆ ਹਾਂ ਜਿਹੜਾ ਵੀਰ ਜਾਏਗਾ ਉਹ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਅਸੀਂ ਸਤਿਕਾਰ ਕਰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਜਾਂਦਾ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਜਿੰਨੇ ਵੀਰ ਇੱਥੇ ਆਏ ਤਾਂ ਤੁਸੀਂ ਸਾਰਿਆਂ ਨੇ ਹਾਜ਼ਰੀ ਲਾਉਣੀ ਹੈ ਅੱਜ ਦੀ ਜਿਹੜੀ ਪੰਡਾਲ ਦੀ ਬੇਨਤੀ ਪ੍ਰਵਾਨ ਕਰਿਓ ਆਹ ਰਹਿੰਦੀ ਲੈਣਾ ਸਰਵਣ ਵੱਲੋਂ ਢਾਡੀ ਤਾਂ ਇਉਂ ਕਹਿ ਸਾਡੇ ਗੁਰੂ ਸਾਹਿਬ ਦੀ ਬੇਬਲੀ ਹੋਈ ਹੈ ਤੇ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ
ਬਹੁਤ ਵੱਡਾ ਨਾਂ ਉਧਰ ਇਸ ਇਲਾਕੇ ਚ ਉਹਨਾਂ ਦਾ ਤੇ ਉਹਨਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਜਿਹੜੇ ਮੇਰੇ ਵੀਰ ਬੈਠੇ ਆ ਨਿੰਗ ਸਿੰਘ ਜਥੇਬੰਦੀ ਤੁਸੀਂ ਵੀ ਬੇਨਤੀ ਕਰਿਓ ਮਹਾਂਪੁਰਖਾਂ ਨੂੰ ਵੀ ਬਾਬਾ ਜੀ ਤੁਸੀਂ ਦਰ ਪੱਥਰਾ ਚੱਲੋ ਉੱਥੇ ਬਰਗਾੜੀ ਜੇ ਕਾਸੇ ਵਾਲੇ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਜੀ ਬਰਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਤੋਂ ਚੱਲ ਕੇ ਆ ਸਕਦੇ ਹੈ ਤੇ ਅਸੀਂ ਪੰਜਾਬ ਤੋਂ 100 ਕਿਲੋਮੀਟਰ ਤੋਂ ਜਾ ਸਕਦੇ ਹਾਂ ਤੇ ਬਾਬਾ ਧੁੰਮਾ ਜੀ ਜਿਹੜੇ ਉਹ ਵੀ ਹਾਜ਼ਰੀ ਲਵਾ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਤੇ ਹੋਰ ਮੈਂ ਬੇਨਤੀ ਕਰਾਂ ਯਾਨੀ ਪਿੰਦਰਪਾਲ ਜੀ ਬੜੀ ਸੋਹਣੀ ਕਥਾ ਕਰਦੇ ਹੈ ਔਰ ਤੁਹਾਡੇ ਇਲਾਕੇ ਦੀ ਸ਼ਾਨ ਆ ਉਹ ਵੀ ਉੱਥੇ ਕਥਾ ਕਰਕੇ ਆਉਣ ਅਸੀਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਤੇ ਬਾਬਾ ਰਣਜੀਤ ਸਿੰਘ ਜੀ ਢੱਟੀਆਂ ਵਾਲੇ ਉਹਨਾਂ ਨੂੰ ਵੀ ਅਸੀਂ ਲਾਇਬ ਰਾਹੀਂ ਬੇਨਤੀਆਂ ਕਰਦਾ ਵੀ ਤੁਸੀਂ ਵੀ ਚੱਲੋ ਇਹ ਤੁਹਾਨੂੰ ਹੁਕਮ ਹੈ ਪੰਥ ਵੱਲੋਂ ਤੇ ਸਾਰੀ ਜਥੇਬੰਦੀ ਵੱਲੋਂ ਤੁਹਾਨੂੰ ਬੇਨਤੀ ਹੈ ਤੁਸੀਂ ਆਪਣੇ ਰਾਲੇ ਦੀਵਾਨ ਦਿਓ ਜਿਹਦੇ ਦੀਵਾਨ ਸਜਾਓ ਤੇ ਮੇਰੇ ਸਤਿਕਾਰਯੋਗ ਭਾਈ ਪੰਥਪ੍ਰੀਤ ਜੀ ਭਾਈ ਵੀ ਤੁਸੀਂ ਦੁਆਰੇ ਫੇਰ ਆਓ ਕਿਉਂਕਿ ਕੌਮੀ ਮੰਗਾ ਹੈ ਇਹ ਮੋਰਚਾ ਜਿੱਤ ਵਾਲਾ ਵੀਰੋ ਸਾਡੀ ਜਿੱਤ ਨਹੀਂ ਹੋਣੀ ਜਿੱਤ ਤੁਹਾਡੀ ਹੋਣੀ ਹੈ ਆਹ ਕੌਮ ਨੇ ਜਿਹੜੇ ਤੇ ਬਾਬਾ ਰਾਮਪੁਰ ਖੇੜੇ ਵਾਲੇ ਜਿਹੜੇ ਮਹਾਂਪੁਰਖ ਉਹਨਾਂ ਨੂੰ ਬੇਨਤੀ ਵੀ ਤੁਸੀਂ ਵੀ ਹਾਜ਼ਰੀ ਲਵਾਓ ਉੱਥੇ ਨਿੱਕਾ ਬਾਬਾ ਪਰਮਪ੍ਰੀਤ ਸਿੰਘ ਜੀ ਪਟਿਆਲੇ ਵਾਲੇ ਉਹ ਵੀ ਹਾਜ਼ਰੀ ਲਾ ਕੇ ਕੀਰਤਨ ਕਰਕੇ ਹੈ ਮੈਂ ਕਹਿੰਦਾ ਵੀ 11,000 ਸੰਤ ਹੈ ਪੰਜਾਬ ਦੀ ਧਰਤੀ ਤੇ ਜੇ ਕਿਤੇ ਉਹ 11 ਨਾਲ 11 ਪਹੁੰਚੇ ਤੇ ਕੈਪਟਨ ਨੂੰ ਹੁਣੇ ਫੈਸਲਾ ਦੇਣਾ ਪੈਣਾ ਤੇ 11 ਨਾਲ 5 ਬੰਦੇ ਹੁੰਦੇ ਹੈ ਤੇ ਪੰਜਾਬ ਦਾ 13,000 ਪਿੰਡ ਹੈ ਤੇ 13 ਦੇ ਵਿੱਚੋਂ ਹਰ ਰੋਜ਼ ਇੱਕ ਬੰਦਾ ਜਾਵੇ ਤੇ 13,000 ਬੰਦਾ ਮੋਰਚੇ 'ਚ ਪਹੁੰਚ ਗਿਆ ਜੇ ਪਿੰਡ ਵਿੱਚੋਂ 2 ਜਾਵੇ 2,000 ਤਾਂ 26,000 ਬੰਦਾ ਉੱਥੇ ਪਹੁੰਚ ਸਕਦਾ ਹੈ ਤੇ ਵੀਰੋ ਇਹ ਸਾਡੀ ਗੱਲ ਨਹੀਂ ਗੁਰੂ ਸਾਹਿਬ ਦੀ ਬੇਨਤੀ ਹੈ ਕੋਈ ਵੱਟ ਦਾ ਰੌਲਾ ਨਹੀਂ ਕੋਈ ਕੁਰਸੀ ਦਾ ਰੌਲਾ ਨਹੀਂ ਕੋਈ ਪ੍ਰਧਾਨਗੀ ਦਾ ਰੌਲੇ ਦੀ ਰੌਲਾ ਸਿਰਫ ਬੇਨਤੀ ਦਾ ਸੋ ਬੇਨਤੀ ਹੋਈ ਹੈ ਇਸ ਕਰਕੇ ਆਪਾਂ ਸਾਰੇ ਨੇ ਹਾਜ਼ਰੀ ਲਾਉਣੀ ਹੈ ਮੇਰਾ ਢਾਡੀ ਤਾਂ ਪਿੰਡ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਇਹ ਸਾਡੇ ਜਥੇਦਾਰ ਭਾਈ ਗੁਰਬਖਸ਼ ਸਿੰਘ ਮੰਕੇਰੀਆਂ ਪ੍ਰਧਾਨ ਸਾਹਿਬ ਇਹਨਾਂ ਨਾਲ ਮੈਂ 15 ਦਿਨ ਰਿਹਾ ਇਸ ਇਲਾਕੇ 'ਚ ਸ਼ਾਹਕੋਟ ਉਦੋਂ ਕਹਿੰਦੇ ਜਿੱਦੇ ਮੈਂ ਪ੍ਰਧਾਨ ਜੀ ਨੂੰ ਬੁਲਾਉਣਾ ਹੈ ਤੇ ਤੁਹਾਡਾ ਜਥਾ ਸੱਦਣਾ ਹੈ ਇਹਨਾਂ ਨੇ ਆਪਣਾ ਵਚਨ ਕੀਤਾ ਹੈ ਪੂਰਾ ਆਓ ਇਹਨੇ ਇੱਕ ਸੇਵਾ ਪ੍ਰਵਾਨ ਕਰੋ ਹੋਈਆ ਭੁੱਲਾਂ ਦੀ ਖੇਮਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਵੀਰ ਸਿੰਘ ਮਾਨ ਜਿਹੜੇ ਪਠਾਨਕੋਟ ਦੇ ਪ੍ਰਧਾਨ ਨੇ ਉਹ ਵੀ ਬੈਠੇ ਨੇ ਬਲਜਿੰਦਰ ਸਿੰਘ ਬੱਬੂ ਜਿਹੜੇ ਟਾਂਡੇ ਦੇ ਬਲੋਕ ਦੇ ਪ੍ਰਧਾਨ ਨੇ ਉਹ ਵੀ ਬੈਠੇ ਨੇ ਹੋਰ ਵੀ ਕਾਫੀ ਸਿੰਘ ਸਾਹਿਬਾਨ ਬੈਠੇ ਨੇ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਜਿਵੇਂ ਆਪ ਧਾ ਕੇ ਆਏ ਹੋ ਇਸੇ ਤਰ੍ਹਾਂ ਹੀ ਪ੍ਰਚਾਰ ਇੱਕ ਦੁਨੀਆਂ 'ਚ ਕਰਦੇ ਹੋ ਕਿ ਕੌਮ ਜਾਗ ਉੱਠੀ ਅੱਜ ਪਤਾ ਲੱਗੂ ਦੁਨੀਆਂ ਨੂੰ ਕਿ ਸਿੱਖ ਜਿਹੜਾ ਕਦੇ ਡੋਲਦਾ ਨਹੀਂ ਆਪਣੇ ਗੁਰੂ ਦੀ ਖਾਤਰ ਹਰ ਕੁਰਬਾਨੀ ਕਰਨ ਨੂੰ ਤਿਆਰ ਆ ਮੈਂ ਬੇਨਤੀ ਕਰੂੰਗਾ ਬੁਲਾਰਿਆਂ ਨੂੰ ਜਿਹੜੇ ਬੁਲਾਰੇ ਮਾਈਕ ਤੇ ਆਉਣਗੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ 2-2, 3-3 ਮਿੰਟ ਤੋਂ ਵੱਧ ਨਾ ਬੋਲਣ ਮਾਨ ਸਾਹਿਬ ਨੇ ਬੋਲ ਕੇ ਜਾਣਾ ਉਹਨਾਂ ਨੇ 2 ਵਜੇ ਸਮਾਪਤੀ ਕਰਨੀ ਆ ਅਸੀਂ ਮੈਂ ਬੇਨਤੀ ਕਰੂੰ ਗੈਰਾਂ ਦੇ ਬੰਦੀ ਖਾਨੇ ਵਿੱਚ ਮੂੰਹ ਲੈ ਕੇ ਫਰਿਆਦ ਨੂੰ ਗੈਰਾਂ ਦੇ ਬੰਦੀ ਖਾਨੇ ਵਿੱਚ ਮੂੰਹ ਲੈ ਕੇ ਫਰਿਆਦ ਨੂੰ ਛਾਤੀ ਵਿੱਚ ਸਾਂਭੀ ਬੈਠਾ ਹਾਂ ਗੁਰੂਆਂ ਦੀ ਯਾਦ ਨੂੰ ਬੜੇ ਚਿਰਾਂ ਤੋਂ ਭੀੜ 'ਚ ਮੈਂ ਸੁੱਖਾ ਜਿੰਦਾ ਕੌਣ ਦਾ ਕਿੱਥੇ ਕਹਿ ਮੇਰੇ ਸੂਰਿਓ ਮੈਂ ਖਾਲਿਸਤਾਨ ਬੋਲਦਾ ਕਿੱਥੇ ਕਹਿ ਮੇਰੇ ਸੂਰਿਓ ਮੈਂ ਖਾਲਿਸਤਾਨ ਬੋਲਦਾ ਮੈਂ ਪ੍ਰਧਾਨ ਗੁਰਮੀਤ ਸਿੰਘ ਧੁੱਪ ਬੋਲਣ ਤੋਂ ਪਹਿਲਾਂ ਮੈਂ ਗੁਰਬਚਨ ਸਿੰਘ ਦੀ ਮਕੇਰੀਆਂ ਨੂੰ ਮੈਂ ਬੇਨਤੀ ਕਰੂੰਗਾ ਇਸ ਮਾਨ ਸਾਹਿਬ ਦਾ ਜੀ ਆਇਆਂ ਕਹਿਣ ਮਾਨ ਸਾਹਿਬ ਨੂੰ ਅਤੇ ਸੰਗਤਾਂ ਜੀ ਆਇਆਂ ਕਹਿਣ ਸਰਦਾਰ ਗੁਰਬਚਨ ਸਿੰਘ ਦੀ ਮਕੇਰੀਆਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਇੰਨੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਮੁਕੇਰੀਆਂ ਹਲਕੇ ਵਿੱਚ ਕੌਮੀ ਪ੍ਰਧਾਨ ਜਰਨੈਲ ਔਰ ਪੂਰੇ ਵਰਲਡ ਦੇ ਜਿਹਨੂੰ ਇਨਸਾਨ ਕਿਹਾ ਜਾਂਦਾ ਹੈ ਕੋਈ ਦਾਗ ਨਹੀਂ ਹੈ ਬਾਕੀਆਂ ਦੇ ਸਾਰੇ ਦਾਗ ਲੱਗੇ ਹੋਏ ਹੈ ਉਹਨਾਂ ਦਾ ਖੂਨ ਜਿਹੜਾ ਨਾ ਕਾਲਾ ਹੋ ਗਿਆ ਬਾਦਲ ਦਾ ਦੇਖ ਲਓ ਤੁਸੀਂ ਜੋ ਕੁਛ ਹੋ ਰਿਹਾ ਜਿਹੜਾ ਬਾਦਲ ਨੂੰ ਕਹਿੰਦੇ ਬਹੁਤ ਚੰਗਾ ਉਹ ਗੁਰੂ ਗ੍ਰੰਥ ਨੂੰ ਸਾਡੇ ਗੁਰੂ ਨੂੰ ਪੈਰਾਂ 'ਚ ਰੋਲਤਾ ਬਾਕੀ ਰਹਿ ਗਈ ਗਿਆ ਸਾਡੇ ਕੋਲ ਜੋ ਇਹ ਹਰਕਤਾਂ ਕੀਤੀਆਂ ਜਿੰਨੇ ਉਹ ਬਖਸ਼ਿਆ ਨਹੀਂ ਗਿਆ ਤਾਂ ਅੱਗੇ ਵੀ ਉਹ ਬਖਸ਼ਿਆ ਨਹੀਂ ਜਾਣਾ ਜਿੰਨੇ ਕਾਰੇ ਕਰਾਏ ਉਹ ਕਰਾ ਰਿਹਾ ਉਹ ਮਨ
ਅੱਜ ਭੁੱਲੋ ਕਿ ਉਹ ਕੌਣ ਵੱਡਾ ਹੈ, ਵੱਡਾ ਨਹੀਂ ਹੈ, ਉਹ ਜ਼ਮੀਨ ਧਸਿਆ ਤੋਂ ਬਾਹਰ ਹੀ ਨਿਕਲੇਗਾ, ਕਿਉਂਕਿ ਗੁਰੂ ਸਾਡਾ ਮਹਾਨ ਹੈ ਤੇ ਗੁਰੂ ਨੇ ਅਸੀਂ ਪੈਰਾਂ 'ਚ ਰੋਲਤਾ ਤੇ ਸਾਡੇ ਕੋਲ ਕੀ ਰਹਿ ਗਿਆ, ਤੇ ਉਹ ਹੀ ਸਾਡੇ ਜਰਨੈਲ ਨੇ, ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਮਾਨ ਸਾਹਿਬ, ਜੋ ਕਿ ਐਡਾ ਵੱਡਾ ਅਹੁਦਾ ਛੱਡ ਕੇ ਅਹੁਦੇ ਨੂੰ ਤਿਆਗ ਦਿੱਤਾ, ਲੇਕਿਨ ਸਾਡੇ ਇਨਸਾਨੀਅਤ ਪਿੱਛੇ ਆਪਣੀ ਜ਼ਿੰਦਗੀ ਸਾਰੀ ਰੋਲਤੀ, ਪਰ ਅਸੀਂ ਇੱਕ ਵੋਟ ਨਹੀਂ ਦੇ ਸਕੇ ਵੀ ਸੱਚਾ ਕਿਹੜਾ ਤੇ ਬਦਮਾਸ਼ ਕਿਹੜਾ ਤੇ ਲੁਟੇਰਾ ਕਿਹੜਾ। ਹੁਣ ਸਮਝ ਲਓ, ਜਿਹੜੀਆਂ ਅਗਲੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹਦਾ ਖਿਆਲ ਰੱਖਿਓ। ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਹੁਜਨ ਮੁਕਤੀ ਮੋਰਚਾ ਤੇ ਦੂਸਰੀਆਂ ਪਾਰਟੀਆਂ ਮਿਲ ਕੇ ਸਾਂਝੇ ਤੌਰ ਤੇ ਲੜ ਰਹੀਆਂ ਨੇ। ਇਹ ਆਪਣੀ ਇੱਕ ਸਟੇਜ ਤੇ ਖੜੇ ਹੋ ਗਿਆ ਤੇ ਅੱਗੇ ਦੀ ਕਿਰਪਾ ਹੈ, ਸਾਰੇ ਜਿੰਨੇ ਵੀ ਆ ਵੀਰ ਮੇਰੇ, ਜਿੰਨੇ ਵੀ ਆਏ ਆ ਭੈਣਾਂ ਵੀਰਾਂ ਬਜ਼ੁਰਗ, ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਮੌਕਾ ਦਿਓ ਸਾਨੂੰ, ਸਾਰ ਸਿਮਰਜੀਤ ਮਾਨ ਸਿੰਘ ਨੂੰ ਇੱਕ ਮੌਕਾ ਦਿਓ, ਤੁਹਾਡੇ ਸਾਹਮਣੇ ਤੁਹਾਨੂੰ ਆਜ਼ਾਦੀ ਮਿਲੇਗੀ। ਆ ਜਿਹੜੀ ਗੁਲਾਮੀਆਂ ਗੁਲਾਮੀਆਂ ਤੋਂ ਜਿਹੜੀਆਂ ਜੰਜੀਰਾਂ ਤੋੜਾ ਦੇਣਗੇ ਮਾਨ ਸਾਹਿਬ, ਇੱਕ ਇਹੀ ਇਨਸਾਨ ਹੈ, ਬਾਕੀ ਸਾਰੇ ਹਵਾਰ ਨੇ। ਔਰ ਸਭ ਨੂੰ ਤਾਂ ਇੱਥੇ ਆਉਣ ਦਾ ਇੰਨਾ ਵਕਤ ਕੱਢ ਕੇ ਜਿਹੜਾ ਕੀਮਤੀ ਵਕਤ ਕੱਢਿਆ ਹੈ, ਮੈਂ ਤੁਹਾਡਾ ਸਾਰਿਆਂ ਦਾ ਰਿਣੀ ਹਾਂ। ਕਦੇ ਵੀ ਮੇਰੇ ਵਾਸਤੇ ਕੋਈ ਪੁਕਾਰ ਹੋਵੇ, ਮੈਂ ਰਾਤ ਨੂੰ ਬੁਲਾਓ, ਇੱਕ ਵਜੇ ਬੁਲਾਓ, ਦਸ ਵਜੇ ਬੁਲਾਓ, ਆ ਇੱਥੇ ਪੁੱਛ ਲਓ ਕਈਆਂ ਦੇ ਜਿਹਦਾ ਬੁਲਾਇਆ ਮੈਂ ਗਿਆ ਕਿ ਨਹੀਂ ਗਿਆ, ਉਹ ਕੰਮ ਹੀ ਕਰਾ ਕੇ ਦਿਖਾਇਆ ਹੈ। ਉਹ ਕਰਾ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਇਹ ਸਨ ਆਪਣੇ ਗੁਰਪ੍ਰੀਤ ਸਿੰਘ ਜੀ ਮਕੇਰੀਆਂ। ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਦਾ ਪਠਾਨਕੋਟ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਮੀਤ ਸਿੰਘ ਜੀ ਮਾਨ, ਉਹ ਆਪ ਜੀ ਨਾਲ ਬਚਨਾਂ ਦੀ ਸਾਂਝ ਪਾਉਣਗੇ। ਗੁਰਮੀਤ ਸਿੰਘ ਜੀ ਮਾਨ ਮਾਈਕ ਤੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਿਮਰਜੀਤ ਸਿੰਘ ਜੀ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਗੁਰਵਰਧਨ ਸਿੰਘ ਜੀ ਮਕੇਰੀਆਂ ਦੇ ਪ੍ਰਧਾਨ, ਸਰਦਾਰ ਗੁਰਬਿੰਦਰ ਸਿੰਘ ਜੀ ਕੁਆਰ, ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਨੰਗ ਸਿੰਘ ਸਹਿਮਾਨ ਅਤੇ ਗੁਰੂ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਆਪਾਂ ਸਾਰੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਸੁਣਨ ਵਾਸਤੇ ਆਪਾਂ ਸਾਰੇ ਇਕੱਤਰ ਹੋਏ ਹਾਂ। ਸਰਦਾਰ ਸਿਮਰਜੀਤ ਸਿੰਘ ਮਾਨ ਜਿਹਨਾਂ ਦੇ ਸੰਬੰਧ ਵਿੱਚ ਦੱਸ ਰਹੇ ਸਨ ਬੁਲਾਰੇ ਵੱਖ ਵੱਖ, ਕਿੰਨਾ ਕੌਮ ਦੇ ਵਾਸਤੇ ਕਿੰਨਾ ਸੰਘਰਸ਼ ਕੀਤਾ ਹੈ, ਕੌਮ ਦੇ ਵਾਸਤੇ ਇਹਨਾਂ ਨੇ 35 ਸਾਲ ਤਕਰੀਬਨ ਇਹ ਕੌਮ ਦੇ ਲੇਖੇ ਲਾਏ ਨੇ। ਇਹਨਾਂ ਨੇ ਜੋ ਕੌਮ ਨੂੰ ਸੁੱਤੀ ਹੋਈ ਨੂੰ ਜਗਾਇਆ ਹੈ, ਉਹ ਕੋਈ ਬਹੁਤ ਵੱਡੀ ਗੱਲ ਹੈ, ਕਿਉਂਕਿ ਅੱਜ ਜੋ ਮੋਰਚਾ ਇਨਸਾਨ ਮੋਰਚਾ ਲੱਗਾ ਸਰਦਾਰ ਮਾਨ ਸਾਹਿਬ ਦੀ, ਇਹ ਦੇਣ ਹੈ ਇਹਨਾਂ ਦੇ ਵੱਲੋਂ। ਇਹ ਬੜੇ ਵਧੀਆ ਚੰਗੇ ਸੁਝਾਓ ਸਨ ਇਹਨਾਂ ਕਰਕੇ ਵੀ ਆਪਾਂ ਜੋ ਬਾਦਲ ਸਰਕਾਰ ਨੇ ਸੋ ਗੁਰੂ ਗ੍ਰੰਥ ਸਾਹਿਬ ਦੀ ਲਗਭਗ 80-85 ਵਾਰੀ ਰਿਜਰਵ ਵੀ ਕੀਤੀ ਸੀ, ਉਹਨੂੰ ਜੋ ਆਪਾਂ ਇਨਸਾਫ ਮੰਗ ਰਹੇ ਹਾਂ, ਜੋ ਸਿੰਘ ਸ਼ਹੀਦ ਕੀਤੇ, ਜੋ ਸਾਡੇ ਉੱਤੇ ਤਸ਼ੱਦਦ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ, ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਿਲਾਰੇ, ਉਹਦੇ ਵਾਸਤੇ ਆਪਾਂ ਜੋ ਸੰਘਰਸ਼ ਇਨਸਾਫ ਮੋਰਚਾ ਕਰ ਰਿਹਾ ਸਰਦਾਰ ਮਾਨ ਸਾਹਿਬ ਦੀ, ਇਹ ਬੜੀ ਵੱਡੀ ਦੇਣ ਹੈ, ਬੜੀ ਵਧੀਆ ਇਹਨਾਂ ਦੀ ਸਮਝਦਾਰੀ ਹੈ ਸਾਨੂੰ। ਆਪਾਂ ਸਾਰਿਆਂ ਨੂੰ ਜੇ ਕੌਮ ਨੂੰ ਆਪਾਂ ਅੱਗੇ ਦੇਖਣਾ ਚਾਹੁੰਦੇ ਹਾਂ, ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਾਥ ਦਿਓ, ਕੌਮ ਨੂੰ ਤਾਂ ਹੀ ਤਰੱਕੀ ਕਰ ਸਕਦੀ, ਕੌਮ ਬਚ ਸਕਦੀ ਹੈ, ਕੇਵਲ ਅਤੇ ਕੇਵਲ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਅੱਗੇ ਲੈ ਕੇ ਆਈਏ ਅਤੇ ਆਪਣਾ ਸਹਿਯੋਗ ਦੇਈਏ, ਕਿਉਂਕਿ ਬੁਲਾਰੇ ਬੜੇ ਨੇ। ਮੈਂ ਇੱਥੇ ਹੀ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਵੀਰਾਂ ਤੋਂ ਮਾਫੀ ਮੰਗਦਾ, ਕਾਫੀ ਬੋਲਣ ਵਾਲੇ ਬੁਲਾਰੇ ਹਨ, ਟਾਂਡੇ ਤੋਂ ਕਾਫੀ ਸਿੰਘ ਸਾਹਿਬਾਂ ਆਏ ਹਨ, ਗੜ੍ਹ ਤੋਂ ਵੀ ਆਏ ਹਨ, ਹੁਸ਼ਿਆਰਪੁਰ ਤੋਂ ਵੀ ਆਏ ਹਨ, ਮੈਂ ਉਹਨਾਂ ਤੋਂ ਮਾਫੀ ਚਾਹੁੰਦਾ। ਹੁਣ ਮੈਂ ਸੰਦੀਪ ਸਿੰਘ ਖਾਲਸਾ ਜਿਹੜੇ ਯੂਥ ਆਗੂ ਨੇ ਉਹਨਾਂ ਨੂੰ ਬੇਨਤੀ ਕਰੂੰਗਾ 2 ਮਿੰਟ ਸੰਗਤਾਂ ਨੂੰ ਬਚਾ ਸਕਦੇ ਕਰਨ। ਸੰਦੀਪ ਸਿੰਘ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ ਵੱਖ ਇਲਾਕਿਆਂ ਤੋਂ ਆਏ
ਜਨਰਲ ਜਨਰੈਲੋ ਔਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਥੋੜ੍ਹਾ, ਇਸ ਲਈ ਮੈਂ ਫਟਾਫਟ ਬੋਲੀ ਜਾਣਾ। ਜਿਸ ਵਿਸਲੇ ਸੰਬੰਧ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ, ਇੱਕ ਤਾਂ ਬਰਗਾੜੀ ਮੋਰਚਾ ਤੁਹਾਨੂੰ ਸਾਰਿਆਂ ਨੇ ਦੱਸ ਦੇਣਾ, ਦੂਸਰੀ ਗੱਲ ਜਿਹੜੀ ਬਹੁਤ ਸੋਚਣ ਵਾਲੀ ਆ ਕਿ 3.5 ਲੱਖ ਵਰਗ ਕਿਲੋਮੀਟਰ ਦਾ ਰਾਜ ਕਿਸੇ ਵੇਲੇ ਸਾਡਾ ਸੀ। ਕਾਬਲ ਕੰਧਾਰ ਤੋਂ ਲੈ ਕੇ ਤਿੱਬਤ ਤੱਕ ਇੱਕੋ ਹੀ ਕੇਸਰੀ ਅਤੇ ਨੀਲੇ ਰੰਗ ਦੇ ਨਿਸ਼ਾਨ ਸਾਹਿਬ ਸਾਰੀ ਇਸ ਧਰਤੀ 'ਤੇ ਨਜ਼ਰ ਆਉਂਦੇ ਸੀ। ਇਹ ਤੁਹਾਡੇ ਰਾਜ ਦੀਆਂ ਹੱਦਾਂ, ਪਰ ਤੁਹਾਡੀਆਂ ਨਲਾਇਕੀਆਂ ਔਰ ਤੁਹਾਡੀਆਂ ਕਮਜ਼ੋਰੀਆਂ ਕਰਕੇ ਜਿਹੜੀਆਂ ਤੁਸੀਂ ਹੁਣ ਤੱਕ ਵੀ ਗੁਲਾਮੀ ਕਬੂਲ ਬੈਠੇ ਹੋ, 4 ਮੁਲਕਾਂ ਦੇ ਵਿੱਚ ਉਹ ਰਾਜ ਵੰਡਿਆ ਗਿਆ। ਕਾਬਲ ਅਤੇ ਕੰਧਾਰ ਅਫਗਾਨਿਸਤਾਨ ਨੇ ਮੰਨ ਲਿਆ, ਤਿੱਬਤ ਚੀਨ ਕੋਲ ਚਲਿਆ ਗਿਆ, ਅਤੇ 2 ਜਿੱਥੇ ਤੁਹਾਡੇ ਜਨਮ ਭੂਮੀ ਹੈ ਨਨਕਾਣਾ ਸਾਹਿਬ, ਉੱਥੇ ਹੁਣ ਚੰਨ 'ਤੇ ਉਹ ਲੱਗਾ ਤਾਰਾ ਹਰੇ ਰੰਗ ਦਾ ਪਾਕਿਸਤਾਨ ਦਾ, ਔਰ ਇੱਥੇ ਭਾਰਤ ਦਾ ਤਿਰੰਗਾ, ਖੂਨੀ ਤਿਰੰਗਾ, ਜਿਹਨੇ ਘੱਟ ਗਿਣਤੀ ਕੌਮਾਂ ਦੇ ਹੁਣ ਤੱਕ ਕਤਲ ਕੀਤੇ। ਉਹ ਕੌਮੀ ਜਰਨੈਲੋ, ਸਿਰਫ ਇੰਨੀ ਕੁ ਤੁਹਾਡੇ ਅੱਗੇ ਬੇਨਤੀ ਹੈ, ਤੁਸੀਂ ਵਾਰਸ ਕਹਿੰਦੇ ਹੋ, ਰਾਜ ਕਰੇਗਾ ਖਾਲਸਾ ਦੇ ਸਿਧਾਂਤ ਤੋਂ ਜਿਹੜਾ ਥਿਰਕੇਗਾ ਉਹ ਮੈਂ ਸਮਝਦਾ ਸੀ ਕਿ ਹੋ ਹੀ ਨਹੀਂ ਸਕਦਾ। ਕੱਲ੍ਹ ਮੈਨੂੰ ਇੱਕ ਨੇ ਆਖ ਦਿੱਤਾ, ਕਹਿੰਦਾ ਵੀ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਕੀ ਹੋਊਗਾ, ਜਿੰਨੀ ਹੁਣ ਤੱਕ 1947 ਤੋਂ ਲੈ ਕੇ ਹੁਣ ਤੱਕ ਤੁਹਾਨੂੰ ਝੱਲਣਾ ਪਿਆ ਨਾ, ਇਸ ਤੋਂ ਵੱਧ ਨਹੀਂ ਝੱਲਣਾ ਪੈਂਦਾ ਜੇ ਆਪਣੇ ਰਾਜ ਲਈ ਸੰਘਰਸ਼ ਕਰਨ ਲੱਗ ਪਏ। ਤਾਂ ਤੁਸੀਂ ਪੁੱਤ ਹੋ ਗੁਰੂ ਗੋਬਿੰਦ ਸਿੰਘ ਦੇ, 4 ਪੁੱਤਰ ਵਾਰ ਨਾਲੇ ਦੇ, ਅਤੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਹੋਵੇ ਤਾਂ ਲੱਲੀ ਛੱਲੀ ਤੋਂ ਡਰੀ ਜਾਵੇ, ਤਾਂ ਇਹ ਵੀ ਗੱਲ ਕੋਈ ਬਹੁਤੀ ਅਖਲਾਕ ਵਾਲੀ ਨਹੀਂ। ਔਰ ਖਾਸ ਕਰ ਹੁਣ ਪੰਜਾਬ ਪੁਲਿਸ ਦੇ ਸਿੱਖਾਂ ਨੂੰ ਜਿਹੜੇ ਦਸਤਾਰਾਂ ਸਿਰ ਤੇ ਚਾਹੁੰਦੇ, ਉਹਨਾਂ ਨੂੰ ਬੇਨਤੀ ਲੱਗਿਆ ਕਰਨ, ਕਿਉਂਕਿ IPS ਆਫਿਸਰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਹ ਹੀ ਖਾਲਿਸਤਾਨ ਦੀ ਇਸ ਟਾਈਮ ਮੂਵਮੈਂਟ ਲੱਗੇ ਅੱਗੇ ਚੱਲੇ। ਤੁਸੀਂ ਵਾਰ ਵਾਰ ਆਪਣਾ ਕੌਮੀ ਫਰਜ਼ ਪਛਾਣਿਆ, ਕਿਸੇ ਵੇਲੇ ਬੀਬੀ ਇੰਦਰਾ ਨੂੰ ਗੱਡੀ ਚਾੜਿਆ, ਕਿਸੇ ਵੇਲੇ ਤੁਸੀਂ 31 ਤਰੀਕ ਨਿਕਲੀ ਹੈ, ਤੁਸੀਂ ਭਾਈ ਦਿਲਾਵਰ ਸਿੰਘ ਦੇ ਰੂਪ ਦੇ ਵਿੱਚ ਬਿਆਨਤੇ ਪਾਪੀ ਨੂੰ ਨਰਕਾਂ ਨੂੰ ਤੋਰਿਆ, ਜਨਰਲ ਲਾਭ ਸਿੰਘ ਇੱਧਰੋਂ ਆਏ ਨੇ, ਬਲਵੰਤ ਸਿੰਘ ਰਾਜੋਆਣਾ ਇਸ ਮੂਵਮੈਂਟ 'ਚੋਂ ਆਏ ਆ। ਔਰ ਬੇਨਤੀ ਕਰੂੰਗਾ ਤੁਸੀਂ ਥੋੜ੍ਹਾ ਜਿਹਾ ਆਪਣਾ ਕੌਮੀ ਫਰਜ਼ ਪਛਾਣ ਲਓ ਕੌਮ ਦੇ ਕਿਰਦਾਰਾਂ ਦੀ ਚੋਣ ਕਰਕੇ, ਕਿਉਂਕਿ ਤੁਸੀਂ ਸਭ ਤੋਂ ਕਰੀਬ ਰਹਿੰਦੇ ਹੋ ਇਹਨਾਂ ਦੇ, ਤੁਹਾਨੂੰ ਤਾਂ ਇਹ ਗੱਲ ਕਹੀ ਹੈ। ਇਹ ਤੋਂ ਫਾਲਤੂ ਮੈਂ ਤੁਹਾਨੂੰ ਹੋਰ ਕੁਛ ਨਹੀਂ ਕਹਿਣਾ, ਬਸ ਆਪਣਾ ਕੌਮੀ ਫਰਜ਼ ਪਛਾਣੋ। ਜਿਸ ਤਰ੍ਹਾਂ ਉਹ ਝਾਰੂ ਇਸ ਜੰਗ ਦੇ ਵਿੱਚ ਜੂਝੇ ਹੈ, ਤੁਹਾਡੇ ਵੀ ਆਪਣਾ ਕੌਮੀ ਫਰਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੋਰ ਆਸਰਾ ਲੈ ਕੇ ਸਰਕਾਰ ਦੀ ਵਰਦੀ ਦੀ ਪਰਵਾਹ ਨਾ ਕਰਿਓ। ਕੌਮੀ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਇਸੇ ਪਾਸੇ ਹੋਏ ਆ, ਤੁਸੀਂ ਵੀ ਆ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਦੀਪ ਸਿੰਘ ਜੀ ਖਾਲਸਾ, ਜਿਹਨਾਂ ਨੇ ਆਪ ਦੇ ਨਾਲ ਕੌਮ ਪ੍ਰਤੀ ਵਿਚਾਰ ਸਾਂਝੇ ਕੀਤੇ ਹਨ। ਜਿਹੜੂ ਹਨ ਕਵੀ ਦੇਣ ਹੈ, ਮੈਂ ਹੁਣ ਬੇਨਤੀ ਕਰੂੰਗਾ ਸਾਡੇ ਮੱਖਣ ਸਿੰਘ ਜੀ ਤਹਾਰਪੁਰ, ਜਿਹੜੇ ਉਹ 2 ਮਿੰਟ ਲਈ ਹਾਜ਼ਰੀ ਲਾਉਣਗੇ, ਆਪਣਾ ਵਿਚਾਰ ਸਾਂਝੇ ਕਰਨਗੇ। ਮੱਖਣ ਸਿੰਘ ਜੀ ਤਹਾਰਪੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੁੱਚੀ ਕਰੀਮ, ਅਤੇ ਅੱਜ ਮਕੇਰੀਆਂ ਹਲਕੇ ਦੇ ਅੰਦਰ ਜਿਹੜਾ ਅੱਜ ਇਹ ਪਾਰਟੀ ਵੱਲੋਂ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ, ਇਹ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਦੁਆਬੇ ਦੀ ਧਰਤੀ ਦੇ ਉੱਤੇ ਜਿੱਥੇ ਬਹੁ ਗਿਣਤੀ ਜਿਹੜੀ ਆ SC ST ਗਿਆ, ਅਸੀਂ ਪ੍ਰਧਾਨ ਸਾਹਿਬ ਨੂੰ ਵੀ ਯਕੀਨ ਹੋ ਰਿਹਾ ਅਤੇ ਤੁਸੀਂ ਵੀ ਯਕੀਨ ਕਰਾਓ ਕਿ ਬਲਾਕ ਸ਼ਾਂਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਆਪਾਂ ਸਰਦਾਰ ਮਾਨ ਨੂੰ ਉਹਦੇ ਕੈਂਡੀਡੇਟਾਂ ਨੂੰ ਵੋਟ ਪਾ ਕੇ ਅਤੇ ਪਾਰਟੀ ਦੀ ਚੜ੍ਹਦੀ ਕਲਾ ਕਰੀਏ, ਅਤੇ ਉਦੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਆਉਣੀ ਉਹਦੇ ਵਿੱਚ ਵੀ ਅਤੇ ਪਾਰਲੀਮੈਂਟ ਵੀ, ਜੇ ਆਪਣਾ ਬਰਗਾੜੀ ਮੋਰਚਾ ਕਾਮਯਾਬ ਹੋਣ ਲੱਗਿਆ ਅਤੇ ਜਦੋਂ ਆਪਾਂ ਨਾ 3 ਸੀਟਾਂ 'ਤੇ ਵੀ ਕਾਮਯਾਬ ਹੋ ਗਏ, ਉਹ ਦਿਨ ਦੂਰ ਨਹੀਂ ਕਿ ਆਪਾਂ ਸਰਦਾਰ ਨੂੰ ਸਿਮਰਜੀਤ ਸਿੰਘ ਮਾਨ ਨੂੰ ਪੰਜਾਬ ਦਾ CM ਬਣਾਵਾਂਗੇ। ਜੇ ਆਪਾਂ ਬਲਾਕ ਸੰਮਤੀਆਂ ਜਿੱਤ ਗਏ, ਜ਼ਿਲ੍ਹਾ ਪ੍ਰੈ ਜਿੱਤ ਗਏ, ਆਪਾਂ SCPC ਜਿੱਤ ਗਏ, ਅਤੇ ਮਾਨ ਨੂੰ ਵੀ ਸੋਚ ਨੂੰ ਆਪਾਂ ਘਰ ਘਰ ਲੈ ਕੇ ਚਲੇ ਗਏ, ਅਤੇ ਉੱਧਰ ਪ੍ਰਧਾਨ ਸਾਹਿਬ ਦਾ ਦੁਆਬੇ ਦੀ ਧਰਤੀ ਦੇ ਉੱਪਰ ਪੂਰਾ ਵਿਸ਼ਵਾਸ ਬਣ ਜਾਊਗਾ ਕਿ ਦੁਆਬੇ ਦੇ ਲੋਕਾਂ ਦੇ ਲਈ ਮਾਨ ਸਾਹਿਬ ਨੇ ਦੇਸ਼ਾਂ ਦੇ ਵਿਦੇਸ਼ਾਂ ਦੇ ਮੈਂ ਸਿੱਖਾਂ ਲਈ ਕੀ ਕੀਤਾ। ਉਹ ਤੁਹਾਨੂੰ ਬੜੀ ਲਾਹਣਤ ਵਾਲੀ ਗੱਲ ਹੈ ਕਿ ਮਾਨ ਦੇ ਨਾਂ ਦੇ ਉੱਤੇ ਤੁਸੀਂ ਬੈਠ ਕੇ ਲੱਖਾਂ ਰੁਪਈਏ ਆਪਣੇ ਘਰਾਂ ਨੂੰ ਭੇਜੇ ਅਤੇ ਵੋਟ ਪਾਉਣ ਦੇ ਬਾਅਦ ਸਾਡੇ ਕੈਂਡੀਡੇਟਾਂ ਲਈ ਦਰਵਾਜ਼ੇ ਬੰਦ ਕਰ ਲਏ। ਅੱਜ ਅਸੀਂ ਮਾਨ ਸਾਹਿਬ ਦੀ ਸੋਚ ਨੂੰ ਜੀਦਾ ਰੱਖਣਾ ਆ, ਦੁਆਬੇ ਦੀ ਧਰਤੀ ਦੇ ਉੱਤੇ ਬਹਿ ਕੇ ਵਿਦੇਸ਼ਾਂ ਤੋਂ ਰਾਜਨੀਤੀ ਕਰਦੇ ਹੋ, ਉੱਥੇ ਜਾ ਕੇ ਸਰਦਾਰ ਮਾਨ ਦੀ ਗੱਲ ਕਰਦੇ ਹੋ, ਅਤੇ ਘਰ ਆ ਕੇ ਅਤੇ ਝਾੜੂ 'ਤੇ ਕਾਂਗਰਸ ਦਾ ਤਿਰੰਗਾ ਬਣ ਕੇ ਬਾਅਦ ਲਗਿਆ ਨੂੰ ਕਹਿ ਦਿੰਦੇ ਆ। ਫਿਰ ਅਸੀਂ ਜਦ ਤੁਹਾਨੂੰ ਫੰਡ ਤਾਂ ਦੇ ਦਿੰਦੇ ਹਾਂ, 5000 ਰੁਪਈਆ ਗੱਡੀ ਚਲਾ ਲਿਓ, ਪਰ ਮਾਨ ਦਾ ਝੰਡਾ ਨਹੀਂ ਲਾ ਸਕਦੇ।
ਉਹ ਲੋਕਾਂ ਨੂੰ ਹੁਣ ਬੜੀ ਸ਼ਾਨ ਤੇ ਮਾਨ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਸਰਦਾਰ ਮਾਨ ਦੀ ਸੋਚ ਜਿਹੀ ਤੁਸੀਂ ਪੈਰਾ ਦੇਣਾ ਚਾਹੁੰਦੇ ਹੋ, ਸਰਦਾਰ ਮਾਨ ਨੂੰ ਕਾਮਯਾਬ ਕਰਨਾ ਚਾਹੁੰਦੇ ਹੋ। ਤੁਹਾਡੇ ਨਾਲ ਤੋਂ ਵਿਦੇਸ਼ਾਂ ਦੇ ਲੋਕ ਖੜੇ ਰਹਿ ਗਏ ਜਿਨ੍ਹਾਂ ਨੇ ਸਰਦਾਰ ਮਾਨ ਦੇ ਨਾਂ ਦੇ ਉੱਤੇ ਹਜ਼ਾਰਾਂ ਦਾ ਇਕੱਠ ਕੀਤਾ। ਆਪਾਂ ਕੀ ਕੀਤਾ, ਇਹ ਆਪਾਂ ਮਾਨ ਸਾਹਿਬ ਨੂੰ ਅਤੇ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜਾ ਵੀ ਫਰੰਟ ਬਣਿਆ ਉਹਨੂੰ ਆਪਾਂ ਉਹ ਹੀ ਕਾਮਯਾਬ ਕਰਾਂਗੇ ਜੇ ਆਪਾਂ ਇਸ ਹਲਕੇ ਤੋਂ ਆਪਣੇ ਬਲੋਕ ਸਮਿਤੀ ਮੈਂਬਰ 'ਚ ਤਾਂ ਕੇ ਸਰਦਾਰ ਮਾਨ ਦੀ ਝੋਲੀ 'ਚ ਪਾ ਕੇ ਫਿਰ ਆਪਾਂ ਵੀ ਵਰਗਰਾ ਕਹਿ ਸਕਦੇ ਹਾਂ ਕਿ ਮਾਨ ਸਾਹਿਬ ਅਸੀਂ ਤੁਹਾਡੀ ਸੋਚ ਨੂੰ ਦੁਆਬੇ 'ਚ ਧਰਦੇ, ਪੰਜਾਬ ਦੇ ਵਿੱਚ ਆਪਾਂ ਡਿਵੈਲਪ ਕਰ ਲਿਆ। ਇੱਥੇ ਤੁਸੀਂ ਆਏ ਹੋ ਅਤੇ ਇੱਥੇ ਇੱਕ ਪੜ ਲਾਈ ਕੇ ਜਾਇਓ ਅਤੇ ਸਮਾਂ ਬੜਾ ਘੱਟ ਹੈ ਕਿ ਆਪਾਂ 7 ਤਰੀਕ ਤੋਂ ਪਹਿਲਾਂ ਜਿਹੜੀਆਂ ਜ਼ਿਲ੍ਹਾ ਵਿਜੇ ਬਲੋਕ ਸਮਿਤੀ ਚੋਣਾਂ ਦੇ ਵਿੱਚ ਆਪਾਂ ਆਪਣੇ ਉਮੀਦਵਾਰ ਉਤਾਰੀਏ। ਕੱਲ੍ਹ ਮੋਗੇ ਦੀ ਮੀਟਿੰਗ 'ਚ ਪ੍ਰਧਾਨ ਸਾਹਿਬ ਨੇ ਵੀ ਫੈਸਲਾ ਕਰਤਾ ਕਿ ਸਮਝੌਤਾ ਹੋਵੇ ਨਾ ਹੋਵੇ ਉਹ ਬਾਅਦ ਦੀਆਂ ਗੱਲਾਂ, ਹਰ ਸੀਟ ਦੇ ਉੱਤੋਂ ਆਪਾਂ ਜਿਹੜਾ ਦਾਅਵਾ ਕਰਨਾ ਅਤੇ ਆਪਾਂ ਨੂੰ ਕੈਂਡੀਡੇਟ ਜਿਹੜਾ ਆ ਵੋਟ ਕਿੰਨੀ ਮਿਲਦੀ ਉਹ ਬਾਅਦ ਦੀਆਂ ਗੱਲਾਂ, ਆਪਾਂ ਆਪਣੀ ਪਾਰਟੀ ਦੇ ਪ੍ਰਚਾਰ ਨੂੰ ਪਾਰਟੀ ਦੇ ਸਿੰਬਲ ਨੂੰ ਆਪਾਂ ਲੋਕਾਂ ਤੱਕ ਲੈ ਕੇ ਜਾਣਾ। ਬੜੀ ਜਲਦੀ ਪਾਰਟੀ ਦੇ ਸਿੰਬਲ ਦਾ ਵੀ ਫੈਸਲਾ ਹੋ ਜਾਊਗਾ, ਪਾਰਟੀ ਦੀਆਂ ਟਿਕਟਾਂ ਦਾ ਵੀ ਫੈਸਲਾ ਹੋ ਜਾਊਗਾ। ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਜਿੱਥੇ ਤੁਹਾਨੂੰ ਪੈਸੇ ਦੇ ਕੇ ਟੈਕਟਰੀ ਮਹਿੰਦੀ ਮੁਫ਼ਤ ਮਹਿੰਦੀ ਆ, ਬਾਕੀ ਦੀਆਂ ਪਾਰਟੀਆਂ ਦੇ ਬਲੋਕ ਸਮਿਤੀ ਜ਼ਿਲ੍ਹਾ ਵਿਚਰ ਹਜ਼ਾਰਾਂ ਰੁਪਈਆਂ ਦੀ ਲੈ ਕੇ ਟਿਕਟਾਂ ਮਿਲਦੀਆਂ ਮਾਨ ਦੀ ਪਾਰਟੀ ਤੋਂ ਟਿਕਟ ਲੈ ਕੇ ਅਤੇ ਮਾਨ ਸਾਹਿਬ ਨੂੰ ਕਾਮਯਾਬ ਕਰਕੇ ਆਪਾਂ ਉਹਦੀ ਬਲਾਕ ਸਮਿਤੀ ਜ਼ਿਲ੍ਹਾ ਵਿਚ ਕਬਜ਼ਾ ਕਰਕੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਲੈ ਕੇ ਆਪਾਂ ਬੁਲੰਦੀਆਂ ਦੇ ਜਾਈਏ। ਜੈ ਭਾਰਤ, ਜੈ ਵੀ ਬੋਲੇ ਸੋ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮੱਖਣ ਸਿੰਘ ਜੀ ਸਾਹਪੁਰ ਸੰਦੇ ਕੀਤੇ। ਸਮੇਂ ਦੀ ਕਮੀ ਕਾਰਨ ਬੁਲਾਰੇ ਕਾਫੀ ਸਾਡੇ ਕੋਲ ਬੋਲਣ ਵਾਲੇ ਇੱਕ ਜ਼ਿਲ੍ਹਾ ਪ੍ਰਧਾਨ ਮਜੀਠਾ ਤੋਂ ਚੱਲ ਗਿਆ ਨੇ ਕੁਲਵੰਤ ਸਿੰਘ ਜੀ, ਉਹਨਾਂ ਤੋਂ ਮੈਂ ਮਾਫ਼ੀ ਚਾਹੁੰਦਾ ਕਿ ਟਾਈਮ ਨਹੀਂ ਦੇ ਸਕੇ। ਗੁਰਦੀਪ ਸਿੰਘ ਜੀ ਗੜਦੀ ਵਾਲਾ ਉਹ ਵੀ ਵਿੱਚ ਬੈਠੇ ਨੇ, ਉਹਨਾਂ ਤੋਂ ਵੀ ਮੈਂ ਮਾਫ਼ੀ ਚਾਹੁੰਦਾ ਕਿ ਟਾਈਮ ਨਹੀਂ ਦੇ ਸਕਦੇ। ਹੁਣ ਮੈਂ ਬੇਨਤੀ ਕਰੂੰਗਾ ਆਪਣੇ ਗੁਰਬਚਨ ਸਿੰਘ ਜੀ ਪਵਾਰ ਜਿਹੜੇ ਗੁਰਦਾਸਪੁਰ ਦੇ ਪ੍ਰਧਾਨ ਨੇ, ਉਹ ਕਾਫੀ ਸੰਘਰਸ਼ੀਲ ਨੇ, ਉਹ ਆਪਣੀ ਹਾਜ਼ਰੀ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਪਰਮ ਸਤਿਕਾਰਯੋਗ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਜੀ ਮਾਨ, ਜਥੇਦਾਰ ਗੁਰਵਤਨ ਸਿੰਘ ਜੀ ਅਤੇ ਸਮੁੱਚੀ ਹੁਸ਼ਿਆਰਪੁਰ ਦੀ ਲੀਡਰਸ਼ਿਪ ਔਰ ਸਨਾਪੁੱਤਰ ਕਰਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਅੱਜ ਤੁਸੀਂ ਬੜਾ ਵੱਡਾ ਉਪਰਾਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੁਕੇਰੀਆਂ ਵਿਖੇ ਕਾਨਫਰੰਸ ਨੂੰ ਕਾਮਯਾਬ ਕੀਤਾ, ਇੱਕ ਵੱਡੇ ਇਕੱਠ ਦੇ ਵਿੱਚ ਆਏ ਹੋ। ਗੁਰੂ ਸਵਾਰਿਓ, ਗੱਲ ਚੱਲੀ ਇੱਥੇ ਬਰਗਾੜੀ ਦੀ, ਤੁਹਾਡੇ ਵਿੱਚ ਬੜਾ ਜੋਸ਼ ਹੈ, ਬੜੀ ਹੋਸ਼ ਹੈ, ਪਰ ਗੱਲ ਕਿੱਥੋਂ ਵਿਗੜਦੀ ਹੈ ਕਿ ਸਾਡੇ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਨਹੀਂ ਹੈ। ਜਦੋਂ ਰਾਜ ਭਾਗ ਦੀ ਗੱਲ ਚੱਲਦੀ ਹੈ ਅਸੀਂ ਪਤਾ ਨਹੀਂ ਕਿੱਥੇ ਚਲੇ ਜਾਂਦੇ ਹਾਂ। 47 ਵੇਲੇ ਵੀ ਅਸੀਂ ਆਪਣਾ ਰਾਜ ਨਹੀਂ ਲੈ ਸਕੇ ਅਤੇ ਅੱਜ ਅਸੀਂ ਰੁਲਦੇ ਫਿਰਦੇ ਹਾਂ। ਤੁਸੀਂ ਬੜਾ ਵੱਡਾ ਸਰਬੱਤ ਖਾਲਸਾ ਕੀਤਾ, ਦੁਨੀਆਂ ਦੇ ਵਿੱਚ ਰਿਕਾਰਡ ਹੈ। ਸਾਰੇ ਭਲੀ ਭਾਂਤ ਜਾਣਦੇ ਹੋ ਕਿ ਬਾਦਲ ਦੀਆਂ ਗੋਲੀਆਂ ਚੱਲਦਿਆਂ ਦੇ ਵਿੱਚ ਤੁਸੀਂ ਵੱਡੇ ਇਕੱਠ ਕੀਤੇ, ਪਰ ਜਦੋਂ ਇਲੈਕਸ਼ਨ ਆਈ ਪਤਾ ਨਹੀਂ ਉਹ ਇਕੱਠ ਕਿੱਧਰ ਚਲਾ ਗਿਆ। ਉਸ ਦਾ ਆਪਾਂ ਇੱਕੋ ਨਿਚੋੜ ਕੱਢਦੇ ਹਾਂ ਕਿ ਸਾਡੇ ਵਿੱਚ ਰਾਜਨੀਤਿਕ ਇੱਛਾ ਸ਼ਕਤੀ ਨਹੀਂ ਹੈ। ਅਸੀਂ ਆਪਣੀ ਜਿਹੜੀ ਤਾਕਤ ਹੈ ਵੋਟਾਂ ਦੀ, ਉਹ ਜਾਂ ਬਾਦਲਾਂ ਨੂੰ ਜਿਹੜੇ ਦਿੱਲੀ ਦੇ ਦਲਾਲ ਨੇ, ਜਾਂ ਕਾਂਗਰਸ ਨੂੰ ਜਿਹੜੇ ਦਿੱਲੀ ਦੇ ਦਲਾਲ ਨੇ, ਜਾਂ ਆਮ ਆਦਮੀ ਪਾਰਟੀ ਨੂੰ ਪਾਉਂਦੇ ਹਾਂ। ਪਰ ਇਹ ਜਿੰਨਾ ਚਿਰ ਅਸੀਂ ਆਪਣਾ ਰਾਜ ਭਾਗ ਨਹੀਂ ਲੈਂਦੇ ਉਹਨਾਂ ਚਿਰ ਗੱਲ ਨਹੀਂ ਬਣਨੀ। ਸਾਡਾ ਗੁਰੂ ਵੀ ਗਲੀਆਂ 'ਚ ਰੋਂਦਾ ਰਹੇਗਾ, ਅਸੀਂ ਵੀ ਗਲੀਆਂ ਵਿੱਚ ਰੋਂਦੇ ਰਹਾਂਗੇ। ਗੱਲ ਆਉਂਦੀ ਹੈ ਆਗੂ ਦੀ, ਅੱਜ ਤੁਹਾਡੇ ਕੋਲ ਬੈਠਾ ਕੌਮ ਦਾ ਜਰਨੈਲ ਸਰਦਾਰ ਸਿਮਰਜੀਤ ਸਿੰਘ ਮਾਨ। ਕੌਣ ਕਹਿੰਦਾ ਕੌਮ ਕੋਲ ਜਰਨੈਲ ਨਹੀਂ ਹੈ, ਕੌਣ ਕਹਿੰਦਾ ਆਗੂ ਨਹੀਂ ਹੈ? ਇੱਕ ਰਾਜਨੀਤਿਕ ਲੀਡਰ ਹੈ ਤੁਹਾਡੇ ਕੋਲ, ਸੱਚਾ ਲੀਡਰ ਹੈ। ਦੂਜੇ ਪਾਸੇ ਬੈਠਾ ਜਥੇਦਾਰ ਧਿਆਨ ਸਿੰਘ ਮੰਡ, ਕੌਣ ਕਹਿੰਦਾ ਕੌਮ ਕੋਲ ਧਾਰਮਿਕ ਆਗੂ ਨਹੀਂ ਹੈ? ਉਸਨੇ 90 ਦਿਨਾਂ ਦੇ ਵਿੱਚ ਸਰਕਾਰ ਦੀਆਂ ਕੋਟੀਆਂ ਲਵਾ ਕੇ ਤੁਹਾਡੇ ਗੁਰੂ ਨੂੰ, ਤੁਹਾਡੇ ਗੁਰੂ ਦੇ ਕਾਤਲਾਂ ਨੂੰ ਲੱਭ ਦਿੱਤਾ। ਵੱਖਰੀ ਗੱਲ ਆ, ਇਹਨਾਂ ਦੀ ਬੇਈਮਾਨੀ ਹੈ, ਬਾਦਲ ਦੇ ਕੈਪਟਨ ਦੀ ਰਲੇ ਹੋਏ ਆ। ਇਨਸਾਫ ਦੇਣਾ ਜਾਂ ਨਾ ਦੇਣ, ਇਨਸਾਫ ਤਾਂ ਮਿਲਦਾ ਹੈ। ਜਿਵੇਂ ਕਹਿੰਦੇ ਆ ਕਿ ਰਾਜ ਬਿਨਾਂ ਨਹੀਂ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਇਨਸਾਫ ਤਾਂ ਮਿਲਣਾ ਜੇ ਸਾਡਾ ਰਾਜ ਭਾਗ ਹੋਊਗਾ, ਪਰ ਡਰਨ ਦੀ ਲੋੜ ਨਹੀਂ ਹੈ।
ਅਸੀਂ ਬਾਗੀ ਹਾਂ, ਮੈਨੂੰ ਇਹ ਮਾਣ ਆ ਕਿ ਮੈਂ ਬਾਗੀ ਹਾਂ, ਮੈਨੂੰ ਇਹ ਮਾਣ ਆ ਕਿ ਮੇਰਾ ਜਰਨੈਲ ਬਾਗੀ ਆ, ਬਾਕੀ ਹੋਵਾਂਗੇ ਤੇ ਰਾਜ ਮਿਲੂਗਾ। ਜਿਹੜਾ ਤੁਸੀਂ ਡਰਦੇ ਹੋਗੇ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੇ ਆਹ ਹੋ ਜਾਣਾ ਜੇ ਹੋ ਜਾਣਾ, ਅੱਜ 30 ਸਾਲ ਤੋਂ ਆਪਾਂ ਪਾਰਟੀ ਨਾਲ ਚੱਲੇ ਹਾਂ, ਕੁਝ ਨਹੀਂ ਹੋਇਆ, ਸਮਾਂ ਘੱਟ ਹੋਣ ਕਰਕੇ ਮੈਂ ਇੱਥੇ ਹੀ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੂੰ ਪ੍ਰਧਾਨ ਗੁਰਦਾਸਪੁਰ ਗੁਰਬਚਨ ਸਿੰਘ ਜੀ ਪਵਾਰ, ਜਿਹਨਾਂ ਨੇ ਇਸ ਸੰਘਰਸ਼ ਵਿੱਚ ਬਹੁਤ ਅਹਿਮ ਹਿੱਸਾ ਪਾਇਆ। ਕਹਿੰਦੇ ਭੁੱਕਿਆਂ ਬੀਮਾ ਵੇਚਦੇ ਪਕੜੇ ਜਾਵਣ ਜੋ ਰਾਖੇ ਗੁਰੂ ਕਮੇਟੀ ਦੇ, ਭੁੱਕਿਆਂ ਬੀਮਾ ਵੇਚਦੇ ਪਕੜੇ ਜਾਵਣ ਜੋ ਰਾਖੇ ਗੁਰੂ ਕਮੇਟੀ ਦੇ, ਇੱਥੋਂ ਤੱਕ ਕਿ ਪ੍ਰਧਾਨ ਕੀ ਬਣ ਗਏ ਕਾਤਲ ਜੋ ਬਹੁ ਬੇਟੀ ਦੇ, ਪੰਥ ਇਹਨਾਂ ਨੇ ਜੇਬ 'ਚ ਪਾਇਆ ਜੋ ਹੈ ਬਹੁਤ ਤਰੋੜੀ ਦਾ, ਤੇਰੀ ਇਹ ਸਿੱਖ ਸਿੱਖ ਪਲਵਾੜੀ ਨੂੰ ਫਿਰ ਮਰਦ ਅਗੰਬੜਾ ਲੋੜੀਦਾ, ਅਤੇ ਤੇਰੀ ਸਿੱਖ ਪਲਵਾੜੀ ਨੂੰ ਫਿਰ ਮਰਦ ਅਗੰਬੜਾ ਲੋੜੀਦਾ। ਮੈਂ ਹੁਣ ਬੇਨਤੀ ਕਰਦਾ ਪੀ ਸੀ ਏ ਦੇ ਮੈਂਬਰ ਸਾਹਿਬਾਨ ਗੁਰਦੀਪ ਸਿੰਘ ਜੀ ਖੁਣਖੁਣ, ਜਿਹਨਾਂ ਨੇ ਕੌਮ ਲਈ ਕਾਫੀ ਅਹਿਮ ਹਿੱਸਾ ਪਾਇਆ ਆਪਣੀ ਜ਼ਿੰਦਗੀ ਦਾ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਉਹ ਆਣ ਕੇ ਮਾਈਕ 'ਤੇ ਆਪਣੇ ਵਿਚਾਰ ਸਾਂਝੇ ਕਰਨ। ਗੁਰਦੀਪ ਸਿੰਘ ਜੀ ਖੁਣਖੁਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਅਤੇ ਗੁਰੂ ਪਿਆਰੇ ਸਾਧ ਸੰਗਤ ਜੀਓ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੁਝਾਰੂ ਵਰਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਗੁਰਬਤਨ ਸਿੰਘ ਜੀ ਮਕੇਰੀਆਂ ਵਾਲੇ, ਜਿਨ੍ਹਾਂ ਨੇ ਕਿ ਬਹੁਤ ਹੀ ਹਿੰਮਤ ਕੀਤੀ ਹੈ, ਏਡਾ ਵੱਡਾ ਇਕੱਠ ਕਰਕੇ ਅੱਜ ਬਹੁਤ ਵੱਡੀ ਕਾਮਯਾਬੀ ਕੀਤੀ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਕੌਮ ਦੀ ਖਾਤਰ ਲੜਨ ਵਾਲੇ ਯੋਧੇ, ਜਿਨ੍ਹਾਂ ਨੇ ਕੌਮ ਦੀ ਖਾਤਰ ਸ਼ਹੀਦੀਆਂ ਦਿੱਤੀਆਂ, ਜੇਲ੍ਹਾਂ ਦੇ ਵਿੱਚ ਬੈਠੇ ਨੇ 20-20 ਸਾਲ ਤੋਂ ਉੱਪਰ ਜੇਲ੍ਹਾਂ ਦੇ ਵਿੱਚ, ਉਹਨਾਂ ਯੋਧਿਆਂ ਨੂੰ ਟਾਈਮ ਹੋ ਗਿਆ ਬੈਠਿਆਂ ਨੂੰ। ਅੱਜ ਬੜੀ ਦੁੱਖ ਦੀ ਗੱਲ ਮੈਂ ਅੱਜ ਦੇਖਦਾ ਸੀ, ਉਹ ਲੋਕ ਗਲਾਂ ਦੇ ਵਿੱਚ ਗਾਤਰੇ ਪਾਏ, ਕਿਰਪਾਨਾਂ ਪਾਈਆਂ, ਉਹ ਸੱਚ ਜਦੋਂ ਸਾਹਮਣੇ ਆਇਆ ਤੇ ਰੋੜਾਂ ਦੇ ਉੱਤੇ ਪੁਤਲੇ ਲੈ ਕੇ ਫੂਕਣ ਲੱਗ ਪਏ। ਜਦੋਂ ਸੱਚ ਸਾਹਮਣੇ ਆਇਆ ਪੁਤਲੇ ਫੂਕਣੇ ਸ਼ੁਰੂ ਕਰਤੇ ਉਹਨਾਂ ਲੋਕਾਂ ਨੇ। ਦੇਖੋ ਝੂਠ ਦਾ ਪਲੰਦਾ ਲੈ ਕੇ ਰੋੜਾਂ ਤੇ ਆ ਗਏ। ਅੱਜ ਦੀ ਪੰਜਾਬੀ ਜਾਗਰਣ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਮੈਂ ਗੋਲੀ ਨਹੀਂ ਚਲਾਈ, ਜਦੋਂ ਉਹਨੂੰ ਪੂਰੀ ਪੜੋ ਤੇ ਉਹ ਕਹਿੰਦਾ ਅਮਨ ਨੂੰ ਰੱਖਣ ਨੂੰ, ਸ਼ਾਂਤੀ ਰੱਖਣ ਲਈ ਕੁਛ ਕੀਤਾ ਜਾ ਸਕਦਾ। ਨਾਲ ਹੀ ਉਹਨੂੰ ਇੱਕ ਕਾਂਗਰਸੀ ਪੁੱਛਦਾ ਗੋਲੀ ਸੁਖਬੀਰ ਨੇ ਚਲਾਈ, ਇੱਕ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਗੈਰ ਕ੍ਰਿਸ਼ਨ ਭਗਵਾਨ ਸਿੰਘ ਸਾਡਾ ਯੋਧਾ ਗੁਰਜੀਤ ਸਿੰਘ ਜਿਹਨੂੰ ਲਾਗਿਓ ਹੋ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ, ਤੇ ਅੱਜ ਉਹ ਲੋਕ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਖੜੇ ਆ ਪੁਤਲੇ ਫੁੱਟਣ ਵਾਲਿਆਂ 'ਚ, ਇਹਨਾਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ। ਬਿਲਕੁਲ ਇਹ ਬੰਦੇ ਜਿਹੜੇ ਲੋਕ ਇਕੱਠੇ ਹੋਏ ਹੋਏ ਬਿਲਕੁਲ ਬੇਗੈਰਤ ਹੋ ਗਏ, ਇਹਨਾਂ ਦੀ ਅਣਖ ਮੁੱਕੇ, ਇਹ ਸਭ ਕੁਛ ਮੁੱਕ ਚੁੱਕਾ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਆਪਤੀ ਹੋਈ, ਥਾਂ ਥਾਂ ਮਹਾਰਾਜ ਦੇ ਪੰਨੇ ਗਲੀਆਂ ਦੇ ਵਿੱਚ ਖਲਾਰੇ ਗਏ। ਅੱਜ ਇਹ ਲੋਕ ਉਸ ਸਰਸੇ ਵਾਲੇ ਜਾ ਕੇ ਪੈਰੀ ਪੈਂਦੇ ਆ, ਇਹ ਲੋਕ ਉਸ ਆਸੂ ਕੋਹ ਤੇ ਪੈਰੀ ਪੈਂਦੇ ਆ, ਇਹ ਵੋਟਾਂ ਦੀ ਖਾਤਰ ਉਹਨਾਂ ਡੇਰਿਆਂ ਤੇ ਜਾ ਕੇ ਉਹਨਾਂ ਦੇ ਪੈਰਾਂ ਤੇ ਇਹ ਲੋਕ ਡਿੱਗਦੇ ਆ। ਅੱਜ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਗੱਲ ਆਈ, ਜਦੋਂ ਸੱਚ ਸਾਹਮਣੇ ਆਉਣ ਲੱਗਾ, ਬਰਗਾੜੀ ਵਿਖੇ ਯੋਧਿਆਂ ਨੇ ਮੋਰਚਾ ਲਾਇਆ, ਸਾਰੀ ਸੰਗਤ ਨੇ ਸਾਥ ਦਿੱਤਾ। ਉਹ ਗੁਰਸਿੱਖ ਖਾਉਂਦੇ ਆ, ਆਪਣੇ ਆਪ ਨੂੰ ਸਿੱਖ ਕਹਿੰਦੇ ਆ, ਆਪਣੇ ਆਪ ਨੂੰ ਕਹਿੰਦੇ ਪੰਥਕ। ਅੱਜ ਪੰਥ ਦੀ ਗੱਲ ਇਹ ਲੋਕ ਕਰਦੇ ਆ, ਪੰਥ ਦੀ ਗੱਲ ਕਰਨੇ ਵਾਲੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਇਸ ਕੌਮ ਦੀ ਖਾਤਰ ਲਾ ਦਿੱਤੀ, ਅੱਜ ਕੌਮ ਦੀ ਖਾਤਰ ਪੂਰੀ ਜ਼ਿੰਦਗੀ ਲਾ ਦਿੱਤੀ ਪ੍ਰਧਾਨ ਸਾਹਿਬ ਨੇ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਥਾਂ ਥਾਂ ਗਲੀਆਂ ਦੇ ਵਿੱਚ ਪੰਨੇ, ਜਦਕਿ ਸਭ ਵਿੱਚ ਸਾਡਾ ਸਭ ਤੋਂ ਪਹਿਲੇ ਗੁਰੂ ਆ, ਗੁਰੂ ਗ੍ਰੰਥ ਸਾਹਿਬ ਹੈ, ਉਹ ਤੋਂ ਬਾਅਦ ਕੋਈ ਗੱਲ ਆ, ਉਹ ਤੋਂ ਬਾਅਦ ਕੋਈ ਨਹੀਂ ਗੱਲ, ਗੁਰੂ ਗ੍ਰੰਥ ਸਾਹਿਬ ਤੋਂ ਬਾਅਦ। ਅੱਜ ਇਹ ਲੋਕਾਂ ਨੇ
ਬਿਲਕੁਲ ਸ਼ਰਮ ਨਾਲ ਨਹੀਂ ਆ। ਅੱਜ ਲੋੜ ਆ, ਅੱਜ ਲੋੜ ਆ ਇਹਨਾਂ ਨੂੰ ਰੋਕਣ ਦੀ। ਅਸੀਂ ਪ੍ਰਧਾਨ ਸਾਹਿਬ ਨੇ ਸਾਨੂੰ ਪਿਛਲੇ ਸਮੇਂ 'ਚ ਹੁਕਮ ਕੀਤਾ ਸੀ, ਅਸੀਂ ਦਸੂਏ ਦੇ ਚੌਂਕ ਦੇ ਵਿੱਚੋਂ ਅਡਵਾਨੀ ਨੂੰ ਨਹੀਂ ਲੁੱਕਣ ਦਿੱਤਾ ਸੀਗਾ। ਜਿੱਥੋਂ ਦੋਵੇਂ ਘੋਗਰਾ ਤੇ ਦਸੂਆ ਜੁੜਦੇ ਆ, ਆਉਣ ਨੂੰ ਅਸੀਂ ਰੋਕ ਦਿੱਤਾ ਸੀ ਤੇ ਉਹਦੇ ਰੱਥ ਵਾਲੀ ਕੁਰਸੀ 2 ਮਿੰਟਾਂ 'ਚ ਵਿੱਚ ਚਲ ਗਈ ਸੀ ਤਾਂ ਉੱਥੋਂ ਭੱਜ ਗਿਆ ਸੀ। ਅਸੀਂ ਰੋਕਿਆ ਸੀ, ਉਸ ਤੋਂ ਬਾਅਦ ਪਵਾਰ ਸਾਹਿਬ ਬੈਠਿਆ, ਅਸੀਂ ਜਾ ਕੇ ਪਟਿਆਲੇ ਦੇ ਵਿੱਚ ਅਡਵਾਨੀ ਨੂੰ ਲਾਈਟ ਦੇ ਅਨੁਸਾਰਾਂ ਨੇ ਇਕੱਠੇ ਹੋ ਕੇ ਰੋਕਿਆ ਸੀ, ਉੱਥੋਂ ਵੀ ਨਹੀਂ ਅਸੀਂ ਨਿਕਲ ਦਿੱਤਾ ਸੀ ਉਦੋਂ। ਜੇਕਰ ਸਾਡੇ 'ਚ ਜੁਰਤ ਆ, ਸਾਡੇ 'ਚ ਅਣਖਾ, ਤੇ ਅਸੀਂ ਥੋੜੇ ਸਮੇਂ 'ਚ ਕਾਮਯਾਬੀ ਕਰ ਸਕਦੇ ਹਾਂ। ਲੜਾਈ ਸਾਨੂੰ 2 ਤਰਫਾ ਕਰਨੀ ਪੈਂਦੀ, ਇਹਨਾਂ ਨੂੰ ਰੋਕਣ ਦੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਇੱਜ਼ਤਾਂ ਉਹਨੂੰ ਬਹਾਲ ਕਰਨ ਲਈ ਅਸੀਂ ਲੱਗੇ ਰਹੀਏ ਲਗਾਤਾਰ। ਪ੍ਰਧਾਨ ਸਾਹਿਬ ਨੇ ਬੋਲਣਾ, ਹੁਣ ਅਸੀਂ ਪ੍ਰਧਾਨ ਸਾਹਿਬ ਨੂੰ ਸੁਣਨ ਵਾਸਤੇ ਸਾਰੇ ਆਏ ਹਾਂ। ਮੇਰੀ ਇੱਕ ਬੇਨਤੀ ਹੋਰ ਆ, ਜਦੋਂ ਤੁਸੀਂ ਸਟੇਜ 'ਤੇ ਬਹੁਤ ਰਸ਼ ਪੈ ਗਏ, ਮੇਰੇ ਮਨ ਨੂੰ ਬੜਾ ਦੁੱਖ ਲੱਗਦਾ ਸੀ, ਮੈਂ ਉਹ ਕਹਿ ਦੇਣੀ ਆ, ਜਿੰਨੀਆਂ ਮਰਜ਼ੀ ਫੋਟੋ ਖਿਚਾਇਓ, ਪ੍ਰਧਾਨ ਸਾਹਿਬ ਨੇ ਜਾਣਾ ਜਿੰਨੇ ਮਰਜ਼ੀ ਖਿਚਾਓ, ਲੇਕਿਨ ਸਟੇਜ ਦਾ ਜਿਹੜਾ ਡਿਸਪਲਿਨ ਆ ਉਹ ਜ਼ਰੂਰ ਹੋਣਾ ਚਾਹੀਦਾ। ਬਹੁਤ ਵੱਡੀ ਗਰਮੀ ਆ, ਤੁਸੀਂ ਵੀ ਗਰਮੀ 'ਚ ਬੈਠੇ, ਇੱਥੇ ਵੀ ਗਰਮੀ ਸੀ, ਇਹ ਜ਼ਰੂਰ ਖਿਆਲ ਰੱਖਿਆ ਕਰੋ। ਹੁਣ ਪ੍ਰਧਾਨ ਸਾਹਿਬ ਨੇ ਬੋਲਣਾ ਸੀ, ਸਾਰਿਆਂ ਨੇ ਬੜੀ ਸ਼ਾਂਤੀ ਨਾਲ ਸੁਣ ਕੇ ਸਾਰਿਆਂ ਨੇ ਜਾਣਾ ਆ। ਉਸ ਤੋਂ ਬਾਅਦ ਜਿੱਦਾਂ ਮਰਜ਼ੀ ਫੋਟੋ ਖਿਚਾਇਓ, ਜੋ ਮਰਜ਼ੀ ਗੱਲਬਾਤ ਕਰਿਓ, ਤੇ ਆਉਂਦੇ ਸੀ ਸਾਡੇ ਪਰ ਬਹੁਤ ਵੱਡੇ ਉਹ ਯੋਧੇ ਸੀ ਬਕੇਰੀਆਂ 'ਚ, ਸਰਦਾਰ ਚਰਨ ਸਿੰਘ ਜੀ ਬੈਠੇ ਨੇ, ਉਹਨਾਂ ਦੇ ਨਾਲ ਦੇ ਸਾਥੀ ਪੁਰਾਣੇ ਵਰਕਰ ਮੈਂ ਜਿਹਨਾਂ ਦੇਖਦਾ ਬੈਠੇ ਆ, ਸੁਖਦੇਵ ਸਿੰਘ ਜੀ ਬਕੇਰੀਆਂ ਤੋਂ ਸਾਡੇ ਸਰਕਲ ਪ੍ਰਧਾਨ ਸੀ, ਮੈਂ ਅੱਜ ਉਹਨਾਂ ਨੂੰ ਬੇਨਤੀ ਕਰੂੰਗਾ ਇੱਥੇ ਪੰਡਾਲ ਦੇ ਵਿੱਚ। ਸੁਖਦੇਵ ਸਿੰਘ ਜੀ, ਤੁਸੀਂ ਅੱਜ ਤੋਂ ਲੈ ਕੇ ਇਸ ਕੌਮ ਦੀ ਖਾਤਰ ਕਦੇ ਵੀ ਪਿੱਛੇ ਨਾ ਹਟਿਓ। ਗੁਰਬਤਨ ਸਿੰਘ ਜੀ ਤੁਹਾਡੇ ਨਾਲ ਆ, ਤੁਸੀਂ ਇਹ ਸੇਵਾ ਜਿਹੜੀ ਸਾਂਭੋ, ਵਧੀਆ ਤਰੀਕੇ ਨਾਲ ਸੇਵਾ ਕਰੋ, ਜਿਹੜਾ ਮਕੇਰੀਆਂ ਦਾ ਜਿਹੜਾ ਸਾਡੀ ਕੋਈ ਕਮੀ ਪੇਸ਼ੀ ਆ ਉਹ ਵੀ ਦੂਰ ਹੋ ਚੁੱਕੇ। ਤੁਸੀਂ ਬੜੀ ਵੱਡੀ ਸਾਡੇ ਬਜ਼ੁਰਗਾਂ ਦੇ ਨਾਲ, ਮੇਰੇ ਬਾਪੂ ਜੀ ਦੇ ਨਾਲ, ਮੇਰੇ ਪਿਤਾ ਜੀ ਨਾਲ, ਚਾਚਾ ਜੀ ਨਾਲ ਤੁਸੀਂ ਰਲ ਕੇ ਸੇਵਾ ਕੀਤੀ ਆ, ਤੁਸੀਂ ਇੱਕ ਪੈਰ ਵੀ ਪਿੱਛੇ ਨਾ ਕਰੋ ਇਸ ਸੇਵਾ ਤੋਂ, ਤੁਸੀਂ ਵੱਧ ਚੜ੍ਹ ਕੇ ਹਿੱਸਾ ਲਓ। ਇਹ ਸਾਰੀ ਜਿਹੜੀ ਸੇਵਾ ਆ, ਇਹ ਲੇਖਾ ਜਿਹੜਾ ਨਾ, ਇਹ ਪਤਾ ਲੱਗਣਾ ਜਦੋਂ ਅਸੀਂ ਅੱਗੇ ਜਾਣਾ ਅਸੀਂ ਕੀ ਕਰਕੇ ਆਏ ਹਾਂ, ਅਸੀਂ ਕਿਹੜੀ ਸੇਵਾ ਕਰਕੇ ਆਏ, ਕੀ ਕਰਕੇ ਆਏ ਹਾਂ, ਇਹ ਸਾਰਾ ਲੇਖਾ ਜੋਖਾ ਹੋ ਹੀ ਜਾਂਦਾ। ਸੱਚ ਦੀ ਗੱਲ ਦਾ, ਝੂਠ ਦੀ ਗੱਲ ਦਾ, ਸਾਰਾ ਕੁਛ ਹੋ ਹੀ ਜਾਂਦਾ। ਸੱਚ ਸੱਚ ਹੁੰਦਾ, ਝੂਠ ਝੂਠ ਹੁੰਦਾ। ਅੱਜ ਤੁਹਾਨੂੰ ਸਾਰਿਆਂ ਨੂੰ ਪਤਾ, ਅੱਜ ਇੱਕ ਚਪੜਾਸੀ ਦੀ ਨੌਕਰੀ ਲੈਣੀ ਹੋਵੇ ਨਾ, ਤਰਲੇ ਕੱਢਣੇ ਪੈਂਦੇ ਆ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਪ੍ਰਧਾਨ ਸਾਹਿਬ ਨੇ ਸਭ ਤੋਂ ਵੱਧ ਦਬਾਬੇ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਆ ਉਹ ਅਮੈਰੀਕਾ, ਕਨੇਡਾ, ਜਰਮਨ, ਹੋਰ ਮੁਲਕਾਂ ਦੇ ਵਿੱਚ ਅੱਜ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ, ਅੱਜ ਪ੍ਰਧਾਨ ਸਾਹਿਬ ਦੀ ਬਦੌਲਤ ਆ। ਇਹ ਤੁਸੀਂ ਚੇਤੇ ਰੱਖਿਆ ਕਰੋ, ਜਦੋਂ ਅਸੀਂ ਪਿੰਡਾਂ ਵਿੱਚ ਜਾਂਦੇ ਹਾਂ ਉਦੋਂ ਸਾਨੂੰ ਲੱਭਿਆ ਜ਼ਰੂਰ ਕਰੋ। ਤੁਸੀਂ ਤਾਂ ਮੂਹਰੇ ਹੋ ਕੇ ਇਹ ਗੱਲ ਕਿਹਾ ਕਰੋ ਵੀ ਅਸੀਂ ਵੋਟਾਂ ਤੁਹਾਨੂੰ ਪਾਉਣੀਆਂ, ਇਹ ਗੱਲ ਕਿਹਾ ਕਰੋ, ਕਿਉਂਕਿ ਬੜੀ ਵੱਡੀ ਇਹ ਗੱਲ ਆ। ਪ੍ਰਧਾਨ ਸਾਹਿਬ ਨੇ ਆਪਣੇ ਇੱਕ ਲੈਟਰ 'ਤੇ ਤੁਹਾਨੂੰ ਪੱਕੇ ਕਰਾ ਦੇਣਾ, ਇਹ ਬਹੁਤ ਵੱਡੀ ਗੱਲ ਆ, ਇਹ ਸੋਚਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਪ੍ਰਧਾਨ ਸਾਹਿਬ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਪ੍ਰਧਾਨ ਸਾਹਿਬ ਦੇ ਬੋਲਣ ਤੋਂ ਪਹਿਲਾਂ ਮੈਂ ਜਿਹਨਾਂ ਵੀਰਾਂ ਨੂੰ ਟਾਈਮ ਨਹੀਂ ਦੇ ਸਕਿਆ, ਮਹਿੰਦਰ ਸਿੰਘ ਜੀ ਭੰਗੂੜਾ, ਸੁਰਿੰਦਰ ਸਿੰਘ, ਬਲਜੀਤ ਸਿੰਘ, ਸਤਵਿੰਦਰ ਸਿੰਘ, ਸੁਰਜੀਤ ਸਿੰਘ, ਪ੍ਰਧਾਨ ਕਟਵਾਲ, ਹੁਣ ਮੈਂ ਮਕੇਰੀਆਂ ਪ੍ਰਬੰਧਕਾਂ ਵੱਲੋਂ ਆਇਆ, ਪ੍ਰਧਾਨ ਸਾਹਿਬ ਦਾ ਆਏ, ਹੋਰ ਪ੍ਰਧਾਨਾਂ ਦਾ ਸਨਮਾਨ ਕੀਤਾ ਜਾਣਾ। ਮੈਂ ਬੇਨਤੀ ਕਰੂੰਗਾ ਜਿਹਨਾਂ ਜਿਹਨਾਂ ਦਾ ਨਾਂ ਅਲਾਊਂਸ ਹੋਵੇ। ਅੱਛਾ, ਮੈਂ ਗੁਰਬਤਨ ਸਿੰਘ ਜੀ ਨੂੰ ਬੇਨਤੀ ਕਰਦਾ, ਸਰਦਾਰ ਸਿਮਰਨ ਸਿੰਘ ਦੇ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ। ਸੋ ਆਓ ਜਕਾਰਾ ਬੁਲਾਈਏ, ਬੋਲੇ ਰਾਜ ਕਰੇਗਾ, ਰਾਜ ਕਰੇਗਾ, ਰਾਜ
ਕੌਮ ਦੇ ਜਰਨੈਲ ਸਰਦਾਰ ਸਿਮਰਨ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਪ ਜੀ ਨਾਲ ਸੰਬੋਧਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਸਤਿਕਾਰਯੋਗ ਸਾਧ ਸੰਗਤ ਜੀ, ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਹੈ। ਆਪ ਜੀ ਦੁਆਬੇ ਦੇ ਨਿਵਾਸੀ ਹੋ। ਸਾਨੂੰ ਦੱਸਿਆ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਜੇ ਪੜ੍ਹਾਈ ਲਿਖਾਈ ਕੀਤੀ ਹੈ, ਜਿਹੜੇ ਦਲੀਲ ਦੇ ਨਾਲ ਗੱਲ ਕਰ ਸਕਦੇ ਹੈ, ਕਿਸੇ ਚੀਜ਼ ਦੀ ਕੱਟਾ ਕੱਟੀ ਕੱਢ ਸਕਦੇ ਹੈ, ਵਾਲ ਦਾ ਫਲ ਦੇੜ ਦਿੰਦੇ ਹੈ, ਉਹ ਆਪ ਜੀ ਹੋ। ਸੋ ਮੈਨੂੰ ਬੜਾ ਫਖਰ ਹੋਇਆ ਕਿ ਅੱਜ ਮੈਂ ਤੁਹਾਡੇ ਦੁਆਰੇ ਇੱਥੇ ਪਹੁੰਚਿਆ। ਮੈਂ ਤੁਹਾਡਾ ਬੜਾ ਰਿਣੀ ਹੈ। ਸਰਦਾਰ ਗੁਰਬਚਨ ਸਿੰਘ ਨੇ ਜਿਨ੍ਹਾਂ ਨੇ ਸਾਰੀ ਅਰੇਂਜਮੈਂਟ ਕੀਤੀ ਹੈ, ਸਰਦਾਰ ਸੰਦੀਪ ਸਿੰਘ, ਨਿਹੰਗ ਬਾਬਾ, ਗੁਰਚਰਨ ਸਿੰਘ ਪਵਾਰ, ਮਨਜੀਤ ਸਿੰਘ ਮਾਨ, ਮੱਖਣ ਸਿੰਘ ਕਾਰਪੁਰੀ, ਗੁਰਬਖਤ ਸਿੰਘ ਮਜੀਠਾ, ਗੁਰਦੀਪ ਸਿੰਘ ਖੁਰਖੁਰ, ਤਜਿੰਦਰ ਸਿੰਘ ਪੰਨੂ, ਗੁਰਦੀਪ ਸਿੰਘ ਗਰਦੀਵਾਲ, ਮਾਸਟਰ ਮਨਦੀਪ ਸਿੰਘ ਜੀ, ਮਨਜਿੰਦਰ ਸਿੰਘ ਜੀ, ਭੁਪਿੰਦਰ ਸਿੰਘ ਜੀ, ਗੁਰਜਿੰਦ ਸਿੰਘ ਜੀ ਅਤੇ ਰਜਿੰਦਰ ਸਿੰਘ ਜੀ, ਤੁਹਾਡਾ ਸਾਰਿਆਂ ਦਾ ਮੈਂ ਬਹੁਤ ਬਹੁਤ ਰਿਣੀ ਹੈ। ਸਤਿ ਸੰਗਤ ਜੀ, ਜਿਵੇਂ ਮੈਂ ਆਪਣੀ ਤਕਰੀਰ ਸ਼ੁਰੂ ਕੀਤੀ ਹੈ ਕਿ ਜਿਹੜੇ ਦੁਆਬੇ ਦੇ ਸਿੰਘ ਹੈ, ਇਹ ਬਹੁਤ ਅਕਲ ਦੇ ਹੁਸ਼ਿਆਰ ਹੈਗੇ ਹੈ, ਸਾਰੀ ਗੱਲਬਾਤ ਨੂੰ ਸਮਝਦੇ ਹੈ। ਇਸੇ ਕਰਕੇ ਆਪ ਜੀ ਨੂੰ ਸਿੱਖਾਂ ਦੀ ਗੱਲ ਮੈਂ ਕਰਨਾ ਚਾਹੁੰਦਾ। ਸਾਡੇ ਪਹਿਲੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਹੁਕਮ ਦਿੱਤਾ ਕਿ ਨਾ ਅਸੀਂ ਹਿੰਦੂ ਹੈ, ਨਾ ਅਸੀਂ ਮੁਸਲਮਾਨ ਹੈ, ਦੁਸ਼ਮਣੀ ਕਿਸੇ ਦੇ ਨਾਲ ਨਹੀਂ ਹੈ। ਪਰ ਦੁਨੀਆਂ ਦਾ ਇੱਕੋ ਹੀ ਪੈਗੰਬਰ ਹੋਇਆ ਜਿਹਨੇ ਇਸ ਹੁਕਮ ਦੇ ਨਾਲ ਦੋ ਚੀਜ਼ਾਂ ਕਰਤੀਆਂ, ਇੱਕ ਤਾਂ ਨਵਾਂ ਮਜ਼ਹਬ ਅਤੇ ਧਰਮ ਖੜਾ ਕਰਤਾ, ਦੂਜਾ ਕੌਮੀਅਤ ਖੜੀ ਕਰਤੀ। ਕਿਸੇ ਵੀ ਪੈਗੰਬਰ ਮੁਹੰਮਦ ਸਾਹਿਬ ਹੋਣ, ਈਸਾ ਮਸੀਹ ਹੋਣ, ਬੁੱਧ ਜੈਨ ਮਹਾਵੀਰ ਹੋਣ, ਕਿਸੇ ਨੂੰ ਦੇਖ ਲਓ, ਉਹਨਾਂ ਨੇ ਆਪਣੇ ਧਰਮ ਨੂੰ ਸੰਕੇਤ ਕੀਤਾ ਪਰ ਕੌਮੀਅਤ ਨੂੰ ਨਹੀਂ ਉਭਾਰਿਆ। ਇਸ ਕਰਕੇ ਜੇ ਸਾਡੇ ਵਿੱਚ ਧਰਮ ਵੀ ਹੈ ਅਤੇ ਕੌਮੀ ਵੀਅਤ ਹੈ, ਤਾਂ ਅਸਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸਾਰਾ ਕੁਛ ਦਿੱਤਾ। ਹਿੰਦੀ ਸੰਸਕ੍ਰਿਤ ਅਰਬਿਕ ਤੋਂ ਦੂਰ ਕਰਨ ਦੇ ਲਈ ਦੂਜੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਨੇ ਸਾਨੂੰ ਪੰਜਾਬੀ ਗੁਰਮੁਖੀ ਲਿਪੀ ਦਿੱਤੀ। ਹੁਣ ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਮੈਨੂੰ ਦੱਸੋ ਕਿ ਹਿੰਦੀ ਜਿਹੜੀ ਤੁਸੀਂ ਪੜ੍ਹਦੇ ਹੋ, ਇਹਦੇ ਵਿੱਚ ਘੋੜਾ ਕਿਵੇਂ ਕਹੋਗੇ? ਘੋੜਾ ਤਾਂ ਉੱਥੋਂ ਨਹੀਂ ਕਿਹਾ ਜਾਂਦਾ। ਜਾਂ ਤੁਸੀਂ ਕਹੋਗੇ ਘੋੜਾ, ਜਾਂ ਤੁਸੀਂ ਕਹੋਗੇ ਹੋਰ, ਘੁੱਗੀ ਵੀ ਨਹੀਂ ਤੁਸੀਂ ਕਹਿ ਸਕਦੇ। ਸੋ ਸਾਨੂੰ ਬਿਲਕੁਲ ਮੁਸਲਮਾਨ ਅਤੇ ਹਿੰਦੂ ਤੋਂ ਅਲੱਗ ਕਰਤਾ। ਤੀਸਰੀ ਪਾਤਸ਼ਾਹੀ ਨੇ ਸਾਡੇ ਵਿੱਚ ਜਾਤ ਪਾਤ ਮੁਕਾਉਣ ਦੇ ਪੂਰੇ ਯਤਨ ਕੀਤੇ। ਗੋਇੰਦਵਾਲ ਸਾਹਿਬ ਬੌੜੀ ਬਣਾਤੀ, ਜਿੱਥੇ ਹਰੇਕ ਜਾਤ ਇੱਕ ਹੋ ਕੇ ਉੱਥੇ ਇਸ਼ਨਾਨ ਕਰ ਸਕਦੀ ਸੀਗੀ।
चौथी पातशाही ने अमृतसर के सानू सरोवर देता। कई महापुरख साडे सिख कहते हैं कि उत्थे तुसी पानी पीने हो, उत्थे तुसी इशनान करते हो, उत्थे जिहड़ियां मच्छियां ते डड्डू रहिंदे है दरबार साहब के सरोवर च देख के वह तर जांदी है। इहो जी गल नहीं है सत संगत जी, गल यह है कि उत्थे चार वर्ण ते कोई भी जात, कोई भी मुसलमान ईसाई कोई भी होवे उत्थे इशनान कर सकता हैगा, जिहदे नाल ਇਹ ਜਿਹੜੇ ਭਰਮ ਹੈਗੇ ਹੈ ਇਹ ਸਾਡੇ ਵਿੱਚੋਂ ਟੁੱਟ ਜਾਂਦੇ ਹੈ ਅਤੇ ਫਿਰ ਅਸੀਂ ਇੱਕ ਹੋ ਜਾਂਦੇ ਹਾਂ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਸਾਡੇ ਗੁਰੂ ਸਾਹਿਬ ਨੇ ਹਿੰਦੂ ਅਤੇ ਮੁਸਲਮਾਨ ਢੋਲੇ ਦਾ ਕਰਕੇ ਦਿੱਤੀਆਂ। ਦਰਬਾਰ ਸਾਹਿਬ ਪੰਜਵੇਂ ਪਾਤਸ਼ਾਹ ਨੇ ਸਾਨੂੰ ਦਿੱਤੇ, ਗੁਰੂ ਗ੍ਰੰਥ ਸਾਹਿਬ ਦਿੱਤੇ, ਉਹਨਾਂ ਦੇ ਵਿੱਚ ਭਗਤਾਂ ਦੀ ਬਾਣੀ ਸ਼ਾਮਿਲ ਕੀਤੀ। ਜਿੰਨੇ ਸਾਡੇ ਪੰਜ ਪਿਆਰੇ ਸੀ ਕੋਈ ਵੀ ਪੰਜਾਬ ਦੇ ਵਿੱਚੋਂ ਨਹੀਂ ਸੀ, ਕੋਈ ਥੱਲੇ ਦੱਖਣ ਤੋਂ ਸੀ, ਕੋਈ ਗੁਜਰਾਤ ਤੋਂ ਸੀ, ਕੋਈ ਬੰਗਾਲ ਤੋਂ ਸੀ, ਕੋਈ ਕਿਤੇ ਸੀ। ਸੋ ਸਾਰੇ ਇਕੱਠੇ ਸਾਨੂੰ ਕਰ ਦਿੱਤਾ। ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦਾ ਸਥਾਨ ਦੇਤਾ ਅਕਾਲ ਤਖ਼ਤ ਸਾਹਿਬ। ਸੱਤਵੇਂ ਪਾਤਸ਼ਾਹ ਨੇ ਸੇਵਾ ਕੀਤੀ, ਅੱਠਵੇਂ ਪਾਤਸ਼ਾਹ ਨੇ ਉਹਨਾਂ ਨੇ ਵੀ ਜੋ ਦੁਖੀ ਸੀ ਉਹ ਉਸਨੂੰ ਆਰਾਮ ਦਿੱਤਾ। ਨੌਵੇਂ ਪਾਤਸ਼ਾਹ ਨੇ ਆਪਣੀ ਸ਼ਹਾਦਤ ਦਿੱਤੀ। ਕਿਉਂ ਦਿੱਤੀ? ਕਿਉਂ ਕਰਕੇ ਔਰੰਗਜ਼ੇਬ ਉਸ ਵੇਲੇ ਦਾ ਬਾਦਸ਼ਾਹ ਬਹੁਤ ਜ਼ੁਲਮ ਕਰ ਰਿਹਾ ਸੀਗਾ। ਜਿੰਨਾ ਚਿਰ ਉਸ ਨੂੰ ਸਭਾ ਮਣ ਜਨੇਊ ਤੋਲ ਕੇ ਉਹਦਾ ਵਜ਼ੀਰ ਨਹੀਂ ਦਿੱਤਾ ਸੀ ਉਹ ਆਪਣਾ ਪ੍ਰਸ਼ਾਦਾ ਨਹੀਂ ਸੀ ਖਾਂਦਾ। ਜਿਹੜਾ ਜਨੇਊ ਹੈ ਇਹ ਹਰੇਕ ਹਿੰਦੂ ਉੱਚੀ ਜਾਤ ਦਾ ਪੈਂਟ ਹੈ ਅਤੇ ਤੁਸੀਂ ਆਪ ਸਮਝੋ ਕਿ ਇਹ ਜੇ ਤੁਹਾਡਾ ਸਭਾ ਮਨ ਅਸੀਂ ਤੋੜ ਲਈਏ ਕਿੰਨੇ ਔਰੰਗਜ਼ੇਬ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾ ਦਿੰਦਾ ਸੀ। ਇਹ ਸਾਰੀਆਂ ਚੀਜ਼ਾਂ ਕੀਤੀਆਂ। ਇਹ ਨਹੀਂ ਕਿ ਗੁਰੂ ਤੇਗ ਬਹਾਦਰ ਸਾਹਿਬ ਜਨੇਊ ਦੇ ਵਿੱਚ ਮੰਨਦੇ ਸੀ। ਜਨੇਊ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਨੇ ਖਤਮ ਕਰਤਾ। ਸੋ ਅਸੀਂ ਜਨੇਊ ਦੇ ਵਿੱਚ ਨਹੀਂ ਕਦੇ ਮੰਨੇ। ਸੋ ਦਸਵੇਂ ਪਾਤਸ਼ਾਹ ਨੇ ਤੁਹਾਨੂੰ ਮੇਰੀ ਪੀਰੀ ਦਾ ਪੂਰਾ ਜਾਮਾ ਬਣਾ ਤਾ। ਅੱਜ ਜਿਹੜੀ ਤੁਸੀਂ ਸਰੂਪ ਦੇ ਵਿੱਚ ਦੇਖਦੇ ਹੋ ਅਸੀਂ ਹਲੇ ਤਾਂ ਦੇਖਦੇ ਹਾਂ, ਇਹ ਦਸਵੇਂ ਪਾਤਸ਼ਾਹ ਦੀ ਕਿਰਪਾ ਹੈ। ਔਰ ਮਹਾਰਾਜ ਨੇ ਕਿਹਾ ਕਿ ਇਨ ਸਿੱਖੋ ਕੋ ਦੋ ਪਾਤਸ਼ਾਹੀ। ਪਾਤਸ਼ਾਹੀ ਦਾ ਮਤਲਬ ਹੈ ਬਾਦਸ਼ਾਹੀ, ਜਿਵੇਂ ਮੁਸਲਮਾਨ ਦੀ ਪਾਕਿਸਤਾਨ ਦੇ ਵਿੱਚ ਹੈ, ਜਿਵੇਂ ਹਿੰਦੂ ਦੀ ਇੰਡੀਆ ਅਤੇ ਦਿੱਲੀ ਦੇ ਵਿੱਚ ਹੈ। ਛੋਟੇ ਸਾਹਿਬਜ਼ਾਦੇ ਸੀ ਬਾਬਾ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ। ਸੂਬਾ ਸਰਹੰਦ ਦਾ ਕਹਿੰਦਾ ਕਿ ਤੁਸੀਂ ਮੁਸਲਮਾਨ ਬਣ ਜਾਓ, ਤੁਹਾਨੂੰ ਨਵਾਬੀਆਂ ਵੀ ਦੇਵਾਂਗੇ, ਤੁਹਾਨੂੰ ਬੇਗਮਾਂ ਵੀ ਦੇਵਾਂਗੇ। ਉਹ ਛੋਟੇ ਮਾਸੂਮ ਸਾਹਿਬਜ਼ਾਦੇ ਸੀ ਪਰ ਉਹਨਾਂ ਨੂੰ ਸਮਝ ਸੀ ਕਿ ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕਿਹਾ, ਇਨ ਗਰੀਬ ਸਿੱਖੋ ਕੋ ਦੋ ਬਾਦਸ਼ਾਹੀ। ਅਤੇ ਨਵਾਬੀ ਸਾਧ ਸੰਗਤ ਜੀ ਬਾਦਸ਼ਾਹੀ ਤੋਂ ਬਹੁਤ ਥੱਲੇ ਹੁੰਦੀ ਹੈ। ਜੇ ਦਿੱਲੀ ਦੇ ਵਿੱਚ ਹਿੰਦੂ ਦੇ ਕੋਲ ਬਾਦਸ਼ਾਹੀ ਹੈ ਅਤੇ ਪੰਜਾਬ ਦਾ ਚੀਫ ਮਿਨਿਸਟਰ ਫਿਰ ਨਵਾਬ ਹੈ, ਇਹਦੇ ਕੋਲ ਬਾਦਸ਼ਾਹੀ ਨਹੀਂ ਹੈ। ਜੇ ਉਹ ਮਾਸੂਮ ਬੱਚੇ
ਨਵਾਬੀ ਨੂੰ ਬੇਗਮਾਂ ਨੂੰ ਖਤਮ ਕਰ ਸਕਦੇ ਸੀ, ਨਹੀਂ ਸਾਨੂੰ ਸ਼ਹੀਦੀ ਪਿਆਰੀ ਹੈ, ਨਾ ਨਵਾਬੀ ਨਾ ਬੇਗਮ ਨਾ ਕੁਛ। ਇਸੇ ਕਰਕੇ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੀ ਦਸਵੇਂ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਤੀਰ ਦਿੱਤੇ। ਪਹਿਲਾ ਸਿੱਖ ਰਾਜ ਪਾਤਸ਼ਾਹੀ ਉਹਨਾਂ ਨੇ ਸਰਹੰਦ ਦੇ ਵਿੱਚ ਕੈਦ ਕਰਤੀ। ਮੀਰੀ ਪੀਰੀ ਦਾ ਹੁਕਮ ਜੋ ਵੀ ਦਸ ਗੁਰੂਆਂ ਨੇ ਸਾਨੂੰ ਅਲੱਗਾ ਧਰਮ ਅਤੇ ਮਜ਼ਹਬ ਬਣਾਇਆ ਸੀ ਉਹ ਸਾਰਾ ਕੰਪਲੀਟ ਬੰਦਾ ਸਿੰਘ ਬਹਾਦਰ ਨੇ ਕਰਤਾ। ਦੂਜੀ ਵਾਰੀ ਬੰਦਾ ਸਿੰਘ ਬਹਾਦਰ ਤੋਂ ਬਾਅਦ ਸਾਡੇ ਮਿਸਲਦਾਰਾਂ ਨੇ, ਉਦੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸਿੱਖਾਂ ਦਾ ਸਥਾਪਿਤ ਕੀਤਾ, ਜਿਹਦੀਆਂ ਹੱਦਾਂ ਤੁਹਾਨੂੰ ਪਤਾ ਕਿ ਕਿੱਥੇ ਕਿੱਥੇ ਤੱਕ ਜਾਂਦੀਆਂ ਸੀ। ਪਰ ਜਦੋਂ ਸਿੱਖ ਰਾਜ ਖਤਮ ਹੋਇਆ ਉਸ ਤੋਂ ਬਾਅਦ ਜਿਹੜੇ ਆਰੀਆ ਸਮਾਜੀ ਹਿੰਦੂ ਸੀਗੇ ਅਤੇ ਈਸਾਈ ਸੀਗੇ, ਇਹਨਾਂ ਨੇ ਸਮਝਿਆ ਕਿ ਜੇ ਸਿੱਖ ਸਮਝਦੇ ਆ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਅਤੇ ਹੁਣ ਰਾਜ ਤਾਂ ਇਹਨਾਂ ਦਾ ਰਿਹਾ ਨਹੀਂ, ਫਿਰ ਅਸੀਂ ਇਹਨਾਂ ਨੂੰ ਆਰੀਆ ਸਮਾਜੀ ਅਤੇ ਈਸਾਈ ਪੁਰੇ ਦੇ ਵਿੱਚ ਇਹਨਾਂ ਨੂੰ ਜਕੜ ਲਈਏ। ਟ੍ਰਿਬਿਊਨ ਦੇ ਮਾਲਕ ਸੀਗੇ ਬੜੇ ਤਕੜੇ ਸਰਦਾਰ ਜੈਦਾਤਾ ਵਾਲੇ ਦਿਆਲ ਸਿੰਘ ਮਜੀਠੀਆ। ਆਰੀਆ ਸਮਾਜੀਆਂ ਦਾ ਇਹ ਕਾਮਯਾਬੀ ਹੋਈ ਕਿ ਦਿਆਲ ਸਿੰਘ ਮਜੀਠੀਏ ਨੇ ਆਰੀਆ ਸਮਾਜੀ ਹਿੰਦੂ ਬਣਾ ਲਿਆ। ਅੱਜ ਜਿਹੜੀ ਟ੍ਰਿਬਿਊਨ ਤੁਸੀਂ ਪੜ੍ਹਦੇ ਹੋ ਇਹ ਇੱਕ ਸਿੱਖ ਦੀ ਦਾਤ ਹੈ, ਪਰ ਉਹ ਆਰੀਆ ਸਮਾਜੀ ਬਣ ਗਿਆ ਸੀ। ਦੂਸਰਾ ਈਸਾਈਆਂ ਦੀ ਕਾਮਯਾਬੀ ਹੋਈ, ਜਿਹੜਾ ਸਾਡਾ ਮਹਾਰਾਜਾ ਕਪੂਰਥਲੇ ਦਾ ਸੀ ਉਸ ਨੂੰ ਉਹਨਾਂ ਨੇ ਈਸਾਈ ਧਰਮ ਦੇ ਵਿੱਚ ਲੈ ਆਂਦਾ। ਇਸ ਕਰਕੇ ਸਿੱਖੀ ਨੂੰ ਬਹੁਤ ਖਤਰਾ ਪੈ ਗਿਆ ਅਤੇ ਭਾਈ ਦਿੱਤ ਸਿੰਘ ਸਾਡੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਹੈ, 6 ਤਰੀਕ ਨੂੰ ਉਹਨਾਂ ਦੀ ਬਰਸੀ ਹੈ, ਅਸੀਂ ਉਮੀਦ ਕਰਾਂਗੇ ਤੁਸੀਂ ਉੱਥੇ ਆਇਓ। ਫਿਰ ਇਹਨਾਂ ਨੇ ਬਾਕੀ ਦੇ ਸਿੱਖਾਂ ਦੇ ਨਾਲ ਰਲ ਕੇ ਸਿੰਘ ਸਰਾਬਾ ਮੂਵਮੈਂਟ ਖੜ੍ਹੀ ਕਰਤੀ। ਇਹਦੇ ਵਿੱਚ ਹਰਨਾ ਰਾਤਾ ਜਿਹੜੇ ਸਿੱਖਾਂ ਤੋਂ ਈਸਾਈ ਅਤੇ ਆਰੀਆ ਸਮਾਜੀ ਬਣਾ ਰਹੇ ਸੀਗੇ, ਬੜੀ ਤਕੜੀ ਜੱਦੋਜਹਿਦ ਕਰਮਾਨਾ ਮਨੁੱਖਾਂ ਨਾਲ ਨਹੀਂ ਕੀਤੀ, ਪਰ ਤੁਸੀਂ ਹੁਸ਼ਿਆਰਪੁਰੀ ਹੋ ਆਪਣੀ ਕਾਬਲੀਅਤ ਦੇ ਨਾਲ ਕੀਤੀ। ਔਰ ਜਿਹੜੀ ਅੱਗੇ ਨੂੰ ਹਿੰਦੂ ਅਤੇ ਈਸਾਈ ਵੱਧ ਰਹੇ ਸੀ ਉਹਨਾਂ ਦੀ ਮੂਵਮੈਂਟ ਨੂੰ ਇਹਨਾਂ ਨੇ ਥੰਮ ਲਿਆ। ਉਸ ਤੋਂ ਬਾਅਦ ਇਹ ਮੂਵਮੈਂਟ ਚੱਲਦੀ ਰਹੀ। ਫਿਰ ਅਸੀਂ ਗੁਰਦੁਆਰੇ ਹਿੰਦੂ ਮਹੰਤਾਂ ਤੋਂ ਆਜ਼ਾਦ ਕੀਤੇ ਔਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਬਣ ਗਈ। ਇਹ ਏਸ਼ੀਆ ਦੇ ਵਿੱਚ ਪਹਿਲੀ ਪਾਰਲੀਮੈਂਟ ਹੈ। ਤੁਹਾਨੂੰ ਪਤਾ ਹੈ ਜਪਾਨ ਵਰਗੇ ਮੁਲਕ ਬੜੇ ਅਗਾਂਹ ਵਧੂ ਨੇ, ਇਹਨਾਂ ਤੋਂ ਵੀ ਪਹਿਲਾਂ ਸਾਡੀ ਪਾਰਲੀਮੈਂਟ ਬਣ ਚੁੱਕੀ ਸੀ 1925 ਦੇ ਵਿੱਚ। ਪਰ ਸਾਧ ਸੰਗਤ ਜੀ ਜਦੋਂ ਇਹ ਸਾਰਾ ਕੁਛ ਹੋ ਗਿਆ ਫਿਰ ਸਿੱਖਾਂ ਨੇ ਆਪਣਾ ਦਮ ਛੱਡਤਾ। ਮੈਨੂੰ ਨਹੀਂ ਪਤਾ ਕਿਉਂ ਛੱਡਿਆ, ਪਰ ਸਿੱਖ ਲੀਡਰਸ਼ਿਪ ਝੱਗ ਬੰਦਣ ਬੈਠ ਗਈ। ਬਹੁਤ ਤਕੜੇ ਤਕੜੇ ਜਥੇਬੰਦੀਆਂ ਹੋਈਆਂ। ਤੁਹਾਡੇ ਇਲਾਕੇ ਦੇ ਵਿੱਚ ਬੱਬਰ ਆਏ, ਇਹਨਾਂ ਦਾ ਮਕਸਦ ਸੀ ਕਿ ਅੰਗਰੇਜ਼ ਨੂੰ ਅਤੇ ਜਿਹੜੇ ਅੰਗਰੇਜ਼ਾਂ ਦੇ ਟਾਊਟ ਨੇ ਉਹਨਾਂ ਨੂੰ ਖਤਮ ਕਰੀਏ। ਉਦੋਂ ਉੱਤੇ ਬੱਬਰ ਨਹੀਂ ਵੱਧ ਸਕੇ।
ਇਹ ਸਾਡੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸਰਦਾਰ ਬਲਦੇਵ ਸਿੰਘ ਹੋਏ ਉਸ ਜ਼ਮਾਨੇ ਦੇ ਵਿੱਚ ਜਦੋਂ ਮੁਸਲਮਾਨਾਂ ਦੇ ਲਈ ਜਿਹੜਾ ਅਲੈਦਾ ਵੋਟ ਅਤੇ ਆਜ਼ਾਦੀ ਮੰਗ ਰਿਹਾ ਸੀ, ਹਿੰਦੂਆਂ ਦਾ ਗਾਂਧੀ, ਨਹਿਰੂ, ਪਟੇਲ ਹੋਏ ਜਿਨ੍ਹਾਂ ਨੇ ਆਪਣੇ ਹਿੰਦੂ ਮੁਲਕ ਦੇ ਲਈ ਜੱਦੋਜਹਿਦ ਕੀਤੀ। ਗਦਰੀ ਬਾਬੇ ਆਏ ਕੈਨੇਡਾ ਤੋਂ, ਉਹ ਦੁਖੀ ਸੀ ਅੰਗਰੇਜ਼ਾਂ ਦੇ ਨਾਲ, ਅੰਗਰੇਜ਼ਾਂ ਦੇ ਖਿਲਾਫ ਉਹਨਾਂ ਨੇ ਬਗਾਵਤ ਕੀਤੀ। ਪਰ ਅੱਗੇ ਕੋਈ ਨਹੀਂ ਚੱਲੇ, ਜਿਵੇਂ ਜਿਹਨਾਂ ਗਾਂਧੀ, ਨਹਿਰੂ ਚੱਲਦੇ ਸੀ ਆਪਣੇ ਆਪਣੇ ਮੁਲਕਾਂ ਦੇ ਲਈ, ਆਪਣੇ ਲੀਡਰ ਮੈਨੂੰ ਇਹ ਨਹੀਂ ਸਮਝਦੀ ਕਿ ਆਪਣੀ ਆਜ਼ਾਦੀ ਦੇ ਲਈ ਕਿਉਂ ਨਹੀਂ ਅੱਗੇ ਚੱਲੇ। ਹੁਣ ਉਸੇ ਤਰ੍ਹਾਂ ਆਪਾਂ ਨੇ ਝੱਗ ਮਾਰੀ ਹੋਈ ਹੈ। ਆਹ ਤੁਸੀਂ ਫੋਟੋਆਂ ਦੇਖੋ, ਦਰਿਆਵਾਂ ਦੇ ਵਿੱਚ ਪਾਣੀ ਜਾਂਦਾ, ਉੱਚੀ ਉੱਚੀ ਝੱਗ ਹੈ, ਉਹੋ ਜਿਹੇ ਲੋਕ ਅਸੀਂ ਹੁਣ ਹੋ ਗਏ। ਇਸ ਸਦੀ ਦੇ ਵਿੱਚ, ਪਿਛਲੀ ਸਦੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੇ ਕਿਸੇ ਨੇ ਗੱਲ ਆਜ਼ਾਦੀ ਅਤੇ ਖਾਲਿਸਤਾਨ ਦੀ ਕੀਤੀ ਤਾਂ ਉਹ ਸੀਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਜਿਨ੍ਹਾਂ ਦੇ ਪਿੱਛੇ ਅਸੀਂ ਉਦੋਂ ਦੇ ਸਾਡੀ ਪਾਰਟੀ ਲੱਗੀ ਹੋਈ ਹੈ। ਪਰ ਜੋ ਕਰਕੇ ਸਿੱਖਾਂ ਦਾ ਮਨ ਆਜ਼ਾਦੀ ਤੋਂ ਮੁੜ ਚੁੱਕਿਆ, ਇਹ ਹੁਣ ਗੁਲਾਮੀ ਪਸੰਦ ਕਰਦੇ ਹੈ, ਇਹ ਸਾਨੂੰ ਵੋਟ ਨਹੀਂ ਪਾਉਂਦੇ। ਤੁਸੀਂ ਲੋਕ ਪਿਛਲੇ ਸੈਕਟਰੀ ਇਲੈਕਸ਼ਨਾਂ 'ਚ ਅਸੀਂ 69 ਕੈਂਡੀਡੇਟ ਖੜ੍ਹੇ ਕੀਤੇ ਸੀ, ਮੇਰੇ ਸਣੇ ਸਾਡੇ ਸਾਰਿਆਂ ਦੀਆਂ ਜਮਾਨਤਾਂ ਹੋ ਗਈਆਂ ਜਬਤ, ਸਣੇ ਮੇਰੀ। ਗੁਰਬਚਨ ਸਿੰਘ ਇੱਥੋਂ ਖੜ੍ਹਾ ਸੀਗਾ, ਉਹਦੀ ਵੀ ਜਮਾਨਤ ਅਸੀਂ ਜਬਤ ਕਰਾਈ। ਸੋ ਮੇਰਾ ਮਤਲਬ ਹੈ ਕਿ ਹੁਣ ਅਸੀਂ ਆਜ਼ਾਦੀ ਨਹੀਂ ਚਾਹੁੰਦੇ, ਇਸ ਵੋਟ 'ਤੇ ਅਸੀਂ ਖੜ ਗਏ। ਹੁਣ ਤੁਹਾਡੀਆਂ ਮੱਝਾਂ, ਇਹ ਪਾਣੀ ਦਾ ਜਾਨਵਰ ਹੈ, ਜਦੋਂ ਮੁੰਡੇ ਇਹਨਾਂ ਨੂੰ ਚਰਾਉਣ ਜਾਂਦੇ ਹੈ, ਇਹਨਾਂ ਨੂੰ ਪਾਣੀ ਦੇ ਵਿੱਚ ਛੱਡ ਦਿੰਦੇ ਹੈ, ਫਿਰ ਇਹ ਮਹੀਆਂ ਬਾਹਰ ਨਹੀਂ ਨਿਕਲਦੀਆਂ। ਪਾਣੀ ਦਾ ਜਾਨਵਰ ਹੈ, ਫਿਰ ਇਹਨਾਂ ਨੂੰ ਢੇਮਾ ਪੱਥਰ ਮਾਰ ਕੇ ਜਾਂ ਉਹਦੇ ਉੱਤੇ ਬੈਠ ਕੇ ਪੂਛ ਨੂੰ ਖਿੱਚ ਕੇ ਆਪਾਂ ਪਾਰ ਲੈ ਕੇ ਆਉਂਦੇ ਹਾਂ। ਮੱਝਾਂ ਵੀ ਪਾਣੀ 'ਚ ਵੜ ਕੇ ਆਪਣੀ ਆਜ਼ਾਦੀ ਮਹਿਸੂਸ ਕਰਦੀਆਂ। ਆਪਣੇ ਪਾਲਤੂ ਕੁੱਤੇ ਨੂੰ ਮੰਨ ਲਓ, ਉਹ ਚੂ-ਚੂ ਕਰੂੰਗਾ ਕਿ ਮੈਨੂੰ ਖੋਲ੍ਹੋ ਆਜ਼ਾਦੀ। ਜਿਹੜੇ ਸਾਡੇ ਬੱਚੇ ਹੈ, ਇਹ ਸਕੂਲੇ ਜਾਂਦੇ ਹੈ, ਪਿੱਛੇ ਬਹੁਤ ਕਰਤੱਵਾਂ ਦਾ ਹੁੰਦਾ, ਅਤੇ ਜਦੋਂ ਤੁਸੀਂ ਦੇਖਿਓ ਅੱਜ ਜਾਂ ਕੱਲ੍ਹ ਜਦੋਂ ਸਕੂਲ ਨੂੰ ਜਾਣਗੇ ਨਾ, ਇਹਨਾਂ ਦਾ ਮੂੰਹ ਮੇਠਾ ਹੋਊਗਾ। ਹੌਲੀ 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 ਇਹਨਾਂ ਨੇ ਆਪਣੀ ਕਦਮ ਪੱਟਣੀ ਹੈ। ਪਰ ਜਦੋਂ ਛੁੱਟੀ ਹੋਊਗੀ, ਹੌਲਾ ਹੌਲਾ ਕਰਕੇ ਬਾਹਰ ਆ ਜਾਂਦੇ ਹੈ ਆਜ਼ਾਦੀ। ਜੇ ਬੱਚਿਆਂ ਨੂੰ ਵੀ, ਕੁੱਤਿਆਂ ਨੂੰ, ਬੱਚਿਆਂ ਡੰਗਰਾਂ ਨੂੰ ਆਜ਼ਾਦੀ ਚੰਗੀ ਲੱਗਦੀ ਹੈ, ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਫਿਰ ਸਾਨੂੰ ਬ੍ਰੇਕਾਂ ਕਿਉਂ ਲੱਗੀਆਂ ਹੋਈਆਂ? ਹੁਣ 34 ਸਾਲ ਸਾਨੂੰ ਲੱਗ ਗਏ ਹੈ। ਹੁਣ ਜੇ ਪਿੱਛੇ ਮੁੜਦੇ ਹੈ ਤਾਂ ਲੋਕ ਹੱਸਣਗੇ ਕਿ ਤੁਸੀਂ ਵੀ ਬਾਦਲ ਕੈਪਟਨ ਵਰਗਣ, ਭੱਠਲ ਵਰਗਣ, ਬੇਅੰਤ ਸਿੰਘ ਵਰਗਣ ਗਰਦਾਰੀ ਕਰਕੇ ਅਤੇ ਨਵਾਬੀ ਲੈ ਲੈਂਦੇ। ਪਰ ਸਾਧ ਸੰਗਤ ਜੀ, ਪਿੱਛੇ ਮੁੜ ਕੇ ਅਸੀਂ ਅਤੇ ਜੋ ਕੁਛ ਅਸੀਂ 34 ਸਾਲਾਂ 'ਚ ਕੀਤਾ ਉਹ ਤਾਂ ਫਿਰ ਪੂਛ ਪੈ ਜੂਗਾ। ਹੁਣ ਅਸੀਂ ਸਿਰਫ ਅੱਗੇ ਜਾ ਸਕਦੇ ਹਾਂ, ਪਿੱਛੇ ਨਹੀਂ ਅਸੀਂ ਜਾ ਸਕਦੇ ਹੈਗੇ। ਜੇ ਪਿੱਛੇ ਜਾਈਏ ਤੁਸੀਂ ਸਾਨੂੰ ਆਪਣੀਆਂ ਬਾਹਾਂ 'ਚ ਲੈ ਲਓਗੇ, ਕਹੋਗੇ ਹੁਣ ਤੁਹਾਨੂੰ ਮੋਟਾ ਪਾਵਾਂਗੇ, ਹੁਣ ਪਾਵਾਂਗੇ, ਤੁਸੀਂ ਆਜ਼ਾਦੀ ਛੱਡਤੀ ਹੈ,
ਤੁਸੀਂ ਸਾਡੇ ਵਰਗੇ ਬਣ ਗਏ ਹੋ, ਹੁਣ ਤੁਹਾਨੂੰ ਵੋਟਾਂ ਪਾਵਾਂਗੇ। ਕੈਪਟਨ ਆਏ, ਬਾਦਲ ਆਏ, ਖਤਮ। ਹੁਣ ਜੇ ਹਿੰਦੂ ਆਪਣੀ ਕੌਮੀਅਤ ਨੂੰ ਸਮਝਦਾ ਹੈ, ਮੁਸਲਮਾਨ ਆਪਣੀ ਕੌਮੀਅਤ ਨੂੰ ਸਮਝਦਾ ਹੈ, ਸਿੱਖ ਦੇ ਵਿੱਚ ਕੌਮੀਅਤ ਕਿਉਂ ਮਰ ਗਈ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ। ਕੁਰਬਾਨੀਆਂ ਆਪਾਂ ਨੇ ਸਭ ਤੋਂ ਜ਼ਿਆਦਾ ਅੰਗਰੇਜ਼ਾਂ ਦੇ ਖਿਲਾਫ ਕੀਤੀਆਂ, 90% ਕਾਲੇ ਪਾਣੀ ਗਏ, ਫਾਂਸੀਆਂ ਦੇ ਚੜ੍ਹੇ, ਸਾਰਾ ਕੁਛ। ਪਰ ਆਜ਼ਾਦੀ ਮੁਸਲਮਾਨ ਅਤੇ ਹਿੰਦੂ ਮਿਲ ਗਈ। ਅਸੀਂ ਮੰਗੀ, ਆਪਾਂ ਨੇ ਮੋਰਚੇ ਲਾਏ ਹੈ, ਧਰਮ ਯੁੱਧ ਕੀਤਾ ਹੈ। ਪੰਜਾਬੀ ਸੂਬੇ ਮੋਰਚੇ 'ਚ 60,000 ਸਿੱਖ ਕੈਰੋਂ ਪ੍ਰਤਾਪ ਸਿੰਘ ਨੇ ਜੇਲ੍ਹਾਂ ਦੇ ਵਿੱਚ ਰੱਖਦੇ ਸੀਗੇ। ਪਰ ਅਸੀਂ ਮੋਰਚੇ ਲਾ ਲਾਂਗੇ, ਲੜ ਲਾਂਗੇ, ਪਰ ਆਜ਼ਾਦੀ ਨਹੀਂ ਅਸੀਂ ਮੰਗਦੇ ਹੈਗੇ। ਜਿਹੜੇ ਨਗਰੀ ਪਾਪੇ ਸੀ, ਜਿਹੜੇ ਕਾਂਗਰਸ ਸੀ, ਉਹ ਕਹਿੰਦੇ ਸੀ ਅੰਗਰੇਜ਼ਾਂ ਨੂੰ ਹਟਾਓ, ਪਹਿਲਾਂ ਅੰਗਰੇਜ਼ਾਂ ਨਾਲ ਲੜਨਾ, ਅੰਗਰੇਜ਼ ਬੜੇ ਮਾੜੇ ਹੈ। ਪਰ ਤੁਸੀਂ ਦੱਸੋ, ਗਦਰੀ ਬਾਬਿਆਂ ਦੇ ਬੱਚੇ, ਕਾਂਗਰਸਾਂ ਦੇ ਬੱਚੇ, ਅਤੇ ਉਹ ਆ ਹੁਣ ਕੈਨੇਡਾ ਦੇ ਵਿੱਚ ਅਮਰੀਕਾ 'ਚ ਜਾ ਕੇ ਵੱਸਦੇ ਹੈ। ਜੇ ਮੈਂ ਉਹਨਾਂ ਨੂੰ ਚਿੱਠੀ ਦੇ ਦਿੰਦਾ, ਉਹ ਪੱਕੇ ਹੋ ਜਾਂਦੇ ਹੈ। ਤਾਂ ਮੇਰਾ ਮਤਲਬ ਕਿ ਅੰਗਰੇਜ਼ ਮਾੜੇ ਸੀਗੇ, ਅਤੇ ਫਿਰ ਅੰਗਰੇਜ਼ਾਂ ਦੇ ਰਾਜ ਦੇ ਵਿੱਚ, ਬਰਤਾਨੀਆ ਦੇ ਵਿੱਚ, ਕੈਨੇਡਾ, ਅਮੈਰੀਕਾ ਦੇ ਵਿੱਚ ਅਸੀਂ ਰਹਿਣਾ ਹੁਣ ਕਿਉਂ ਪਸੰਦ ਕਰਦੇ ਹਾਂ? ਇਹ ਚੀਜ਼ਾਂ ਦਾ ਜਵਾਬ ਸਾਨੂੰ ਮਿਲਣਾ ਚਾਹੀਦਾ, ਕਿਉਂ ਕਰਕੇ ਅੱਗੇ ਬ੍ਰੇਕਾਂ ਲੱਗੀਆਂ ਹੋਈਆਂ। ਹੁਣ ਭਰਾ ਹਿੰਦੂ ਨੇ, ਉਹ ਮੈਨੂੰ ਵੋਟ ਨਹੀਂ ਪਾਉਣਗੇ, ਕਿਉਂ ਕਰਕੇ ਮੈਂ ਖਾਲਿਸਤਾਨ ਮੰਨਦਾ। ਖਾਲਿਸਤਾਨ ਹਿੰਦੂ ਦੇ ਵੀ ਮਾੜੀ ਗੱਲ ਨਹੀਂ ਹੈ, ਕਿਉਂ ਕਰਕੇ ਖਾਲਿਸਤਾਨ ਹੈ ਆਜ਼ਾਦੀ, ਕਿ ਸਿੱਖ ਆਜ਼ਾਦ ਹੋਣਗੇ। ਪਰ ਫਿਰ ਕੀ ਹਿੰਦੂ ਸਾਨੂੰ ਗੁਲਾਮ ਰੱਖਣਾ ਚਾਹੁੰਦੇ ਹੈ ਕਿ ਅਸੀਂ ਜਿੰਨਾ ਮਰਜ਼ੀ ਕਰ ਲਈਏ ਪਰ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਨਹੀਂ ਪਾਉਣੇ? ਪਰ ਅਸੀਂ ਸਿੱਖ ਬੀਜੇਪੀ ਅਤੇ ਕਾਂਗਰਸ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਹੱਸ ਕੇ ਵੋਟ ਪਾਉਂਦੇ ਹਾਂ। ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜੇ ਦੇਖਦੇ ਹਾਂ, ਸਾਨੂੰ ਘਬਰਾਹਟ ਤਾਂ ਹੁੰਦੀ ਹੈ ਕਿ ਇੰਨੀ ਮੱਥਾ ਮਾਰਨ ਦੀ ਕੀ ਲੋੜ ਹੈ, ਜ਼ਿੰਦਗੀ ਥੋੜ੍ਹੀ ਰਹਿ ਗਈ ਹੈ, ਹੁਣ ਅਸੀਂ ਵੀ ਆਪਣੇ ਬੱਚਿਆਂ ਨਾਲ ਆਨੰਦ ਮਾਣ ਲਈਏ। ਪਰ ਮੇਰੀ ਬੀਬੀ ਜੀ, ਮੇਰੀ ਮਾਤਾ ਨੇ ਕਿਹਾ ਸੀ ਕਿ ਸਿਮਰਨ, ਅਸੀਂ ਦੋਨੋਂ, ਤੇਰੇ ਡੈਡੀ ਅਤੇ ਮੈਂ, ਹਮੇਸ਼ਾ ਅਸੀਂ ਆਜ਼ਾਦੀ ਪਸੰਦ ਰਹੇ ਹਾਂ। ਅੰਗਰੇਜ਼ਾਂ ਦੇ ਵੇਲੇ ਵੀ ਅਸੀਂ ਅੰਗਰੇਜ਼ੀ ਦੇ ਖਿਲਾਫ ਆਪਣਾ ਮੁਲਕ ਅਸੀਂ ਚਾਹੁੰਦੇ ਸੀ। ਪਰ ਤੇਰੇ ਡੈਡੀ ਦੇ ਵਿੱਚ ਜੇ ਆਜ਼ਾਦੀ ਦੀ ਤਮੰਨਾ ਸੀ, ਇਹ ਜੇਲ੍ਹ ਜਾਣ ਤੋਂ ਡਰਦੇ ਹੈ, ਡਰਦੇ ਰਹੇ, ਇਹ ਬਾਹਰ ਨਹੀਂ ਉੱਭਰ ਕੇ ਆਏ। ਜਦਕਿ ਇਹ 1937 ਦੇ ਵਿੱਚ MLA ਵੀ ਬਣੇ, ਸਾਰਾ ਕੁਛ ਬਣੇ। ਅਤੇ ਮੇਰੇ ਬਜ਼ੁਰਗ ਸਰਦਾਰ ਜਗਿੰਦਰ ਸਿੰਘ ਮਾਨ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਮਾਸਟਰ ਜੀ, ਹੁਣ ਵੇਲਾ ਹੈਗਾ, ਆਪਾਂ ਅੰਗਰੇਜ਼ਾਂ ਤੋਂ ਆਪਣਾ ਹੱਕ ਲੈ ਲਈਏ। ਮਾਸਟਰ ਜੀ ਕਹਿੰਦੇ, ਜਗਿੰਦਰ ਸਿੰਘ ਤੈਨੂੰ ਜ਼ਿਆਦਾ ਨਹੀਂ ਪਤਾ, ਤੂੰ ਅਜੇ ਛੋਟਾ। ਜਦਕਿ ਉਹ MLA ਸੀ, ਕਹਿੰਦੀ ਮਾਸਟਰ ਜੀ, ਅਸੀਂ ਅੰਗਰੇਜ਼ਾਂ ਤੋਂ ਸਾਰਾ ਪਹਿਲਾਂ ਅੰਗਰੇਜ਼ਾਂ ਨੂੰ ਕੱਢ ਲਈਏ, ਫਿਰ ਸਾਡਾ ਭਰਾ ਵੱਡਾ ਹਿੰਦੂ ਸਾਨੂੰ ਸਾਰਾ ਕੁਛ ਦੇ ਦੂਗਾ, ਇਹਦੇ ਹੋ ਗਏ ਆ, ਕਰਾਰ ਹੋ ਗਏ ਆ। ਸਰ ਜਗਿੰਦਰ ਸਿੰਘ ਨੇ ਜਵਾਬ ਮਾਸਟਰ ਜੀ ਨੂੰ ਦਿੱਤਾ ਕਿ ਮਾਸਟਰ ਜੀ, ਤੁਸੀਂ ਮੈਥੋਂ ਬਜ਼ੁਰਗ ਲੀਡਰ ਹੋ ਸਾਡੇ, ਪਰ ਇਹ ਦੱਸੋ, ਜਦੋਂ ਬਾਪ ਮਰ ਜਾਂਦਾ, ਛੋਟੇ ਭਰਾਵਾਂ ਨੂੰ ਵੱਡਾ ਭਰਾ ਸਾਰੇ ਹੱਕ ਦੇ ਦਿੰਦਾ? ਮਾਸਟਰ ਜੀ ਕਹਿੰਦੇ, ਤੋ ਜਾ ਰਹੇ, ਤੈਨੂੰ ਨਹੀਂ ਪਤਾ, ਸਭ ਕੁਛ ਮਿਲ ਜੂਗਾ। ਹੁਣ ਜੇ ਸਾਡੇ ਲੀਡਰਾਂ ਦੀ ਇਹੋ ਜਿਹੀ ਤਬੀਅਤ ਹੈ, ਜਿਵੇਂ ਓਇਲ ਆਪਣਾ ਆਲਮਸ ਨਹੀਂ ਬਣਾਉਂਦੇ, ਉਹ ਆਪਣੇ ਆਂਡੇ
ਦਾਵਾਂ ਦੇ ਆਰਲੇ 'ਚ ਜਾ ਕੇ ਦੇਖਦੀ ਹੈ ਤਾਂ ਹੀ ਉਹ ਆਂਡਿਆਂ ਨੂੰ ਕੱਢਦੀ ਹੈ। ਉਹ ਤੋਂ ਬਾਅਦ ਉਹ ਕੋਇਲ ਬਣ ਜਾਂਦੀ ਹੈ, ਜੋ ਕਰਕੇ ਆਂਡਾ ਤਾਂ ਕੋਇਲ ਦਾ ਹੁੰਦਾ। ਹੁਣ ਤੁਸੀਂ ਮੈਨੂੰ ਦੱਸੋ ਕਿ ਜੇ ਗੁਰੂ ਸਾਹਿਬ ਨੇ ਕਹਿਤਾ ਨਾ ਸੀ ਹਿੰਦੂ ਨੇ ਮੁਸਲਮਾਨ, ਅਤੇ ਫਿਰ ਜੇ ਇੱਡਾ ਵੱਡਾ ਗੁਰੂ ਨੇ ਹੁਕਮ ਕਰਤਾ, ਫਿਰ ਤੁਹਾਨੂੰ ਮੁਸਲਮਾਨ ਅਤੇ ਹਿੰਦੂ ਕੀ ਦੇ ਸਕਦਾ? ਇਹ ਤਾਂ ਕਮਲ ਹੋਣਾ ਨਾ, ਇਹ ਤਾਂ ਬਹੁਤ ਅਗਿਆਨਤਾ ਹੈ ਸਾਡੇ ਵਿੱਚ ਕਿ ਅਸੀਂ ਹੁਣ ਸਮਝਦੇ ਹੀ ਨਹੀਂ ਹੈ। ਸੋ ਮੈਂ ਆਸ ਕਰਦਾ ਤੁਸੀਂ ਹੁਸ਼ਿਆਰਪੁਰ ਵਾਲੇ ਹੈਗੇ ਹੋ, ਇੱਥੇ ਬੱਬਰ ਲਹਿਰ ਵੀ ਹੋਈ ਹੈ, ਪਰ ਇਸ ਨੇ ਸਮਾਪਤੀ ਵੱਲ ਨਹੀਂ ਦੇਖੀ। ਇਹ ਅੰਗਰੇਜ਼ਾਂ ਅਤੇ ਜਿਹੜੇ ਅੰਗਰੇਜ਼ਾਂ ਦੇ ਟਾਊਨ ਸੀ ਲੰਬਰਦਾਰ ਜੈਲਦਾਰ, ਉਹਨਾਂ ਨੂੰ ਖਤਮ ਕੀਤਾ ਇਹਨਾਂ ਨੇ, ਪਰ ਅਗਲਾ ਸਟੈਪ ਆਪਣੀ ਜਾਤੀ ਦਾ ਨਹੀਂ ਲਿਆ। ਨਾ ਸਾਡੇ ਸਿੱਖਾਂ ਨੇ, ਨਾ ਸਾਡੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸਾਹਿਬ ਦੇਵ ਸਿੰਘ, ਇਹ ਇੱਧਰ ਹੀ ਹੋਣਾ ਪਸੰਦ ਕਰਦੇ ਸੀਗੇ। ਸੋ ਇਹਦੇ ਨਾਲ ਮੈਂ ਤੁਹਾਨੂੰ ਸੋਚ ਦੇ ਵਿੱਚ ਪਾਉਂਦਾ ਹੈ, ਇਹ ਨਹੀਂ ਅਸੀਂ ਕਹਿੰਦੇ ਕਿ ਸਾਨੂੰ ਵੋਟ ਪਾਓ, ਅਸੀਂ ਤਾਂ ਖੁਸ਼ ਹੁੰਦੇ ਹਾਂ ਜਦੋਂ ਤੁਸੀਂ ਵੋਟ ਨਹੀਂ ਪਾਉਂਦੇ ਕਿ ਅਜੇ ਸਮਝ ਹੀ ਨਹੀਂ ਹੈ। ਹੁਣ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਹੈ ਕਿ ਮਿਸਟਰ ਬਾਦਲ ਅਤੇ ਸੁਖਬੀਰ ਅਤੇ ਮਜੀਠੀਆ ਹੋਣੇ ਸਾਰੇ ਬਾਦਲ ਦਲੀਆ ਨੇ ਗੁਰੂ ਗ੍ਰੰਥ ਸਾਹਿਬ ਦੀ ਗਿਣਤੀ ਕੀਤੀ ਹੈ, ਦੋ ਸਿੱਖ ਸ਼ਹੀਦ ਕਰਦੇ ਹੈ। ਹੁਣ ਮੇਰਾ ਮਤਲਬ ਹੈ, ਇਹ ਸੱਚ ਹੈ, ਹਜ਼ਾਰਾਂ ਬੰਦੇ ਸਿੱਖ ਰੋਜ਼ ਬਰਗਾੜੀ ਦੇ ਮੋਰਚੇ, ਭਾਈ ਧਿਆਨ ਸਿੰਘ ਮਾਨ ਟਕਾਲਤਖ ਦੇ ਜਥੇਦਾਰ ਸਾਹਿਬ ਨੇ ਜਿਹੜਾ ਆਰੰਭ ਕੀਤਾ, ਅੱਜ 3 ਮਹੀਨੇ ਹੋ ਗਏ ਆ, ਘੱਟ ਬੜੇ ਹੋ ਰਹੇ ਆ। ਅਸੀਂ ਕਹਿੰਦੇ ਹਾਂ ਕਿ ਸਾਨੂੰ ਇਨਸਾਫ਼ ਦਿਓ, ਜਿਹੜੇ ਮੁਲਜ਼ਮ ਹੈ ਜਿਨ੍ਹਾਂ ਨੇ ਮਹਾਰਾਜ ਦੀ ਗਿਣਤੀ ਕੀਤੀ ਉਹਨਾਂ ਦੀ ਗ੍ਰਿਫਤਾਰੀ ਹੋ ਜਾਵੇ, ਜਿਹੜੇ ਪੁਲਿਸ ਅਫਸਰਾਂ ਨੇ ਸਾਡੇ ਸਿੰਘ ਮਾਰੇ ਹੈ ਉਹਨਾਂ ਦੀ ਗ੍ਰਿਫਤਾਰੀ ਹੋ ਜਾਵੇ, ਜਿਹੜੇ ਸਾਡੇ ਸਿੱਖ 20-25 ਸਾਲਾਂ 'ਚੋਂ ਜੇਲ੍ਹਾਂ 'ਚ ਹੈ ਉਹਨਾਂ ਦੀ ਰਿਹਾਈ ਹੋ ਜਾਵੇ। ਹੁਣ ਇਹਦੇ ਬਾਰੇ ਬਾਦਲ ਸਾਹਿਬ ਨੇ, ਜਿਨ੍ਹਾਂ ਦੇ ਕਬਜ਼ੇ ਦੇ ਵਿੱਚ SGPC ਹੈ, ਉਹਨਾਂ ਨੇ ਮਤਾ ਪਾਸ ਕਰਾਤਾ ਕਿ ਜਸਟਿਸ ਰਣਜੀਤ ਸਿੰਘ ਰਿਪੋਰਟ ਬਿਲਕੁਲ ਗਲਤ ਹੈ, ਜਿਹਦਾ ਮਤਲਬ ਹੈ ਕਿ ਜਿਹੜੀ ਬਾਦਲ ਸਰਕਾਰ ਨੇ SGPC ਨੇ ਜਦੋਂ ਰਾਮ ਰਹੀਮ ਨੇ ਮਾਨਕ ਦਸਵੇਂ ਪਾਤਸ਼ਾਹ ਦੀ ਨਕਲ ਕੀਤੀ ਸੀ ਅਤੇ ਸਿੱਖ ਤੜਫ ਉੱਠੇ ਸੀ, ਉਹ ਜਿਹੜਾ ਮੁਕੱਦਮਾ ਬਠਿੰਡੇ 'ਚ ਕੀਤਾ ਸੀ ਉਸ ਨੂੰ ਸਰਸੇ ਵਾਲਿਆਂ ਦੀ ਵੋਟਾਂ ਲੈਣ ਲਈ ਬਾਦਲ ਨੇ FIR ਕੈਂਸਲ ਕਰਤੀ। ਫਿਰ ਸਿੱਖਾਂ ਦੇ ਵਿੱਚ ਰੋਹ ਜੰਮਿਆ, ਸਾਡਾ ਸਰਬੱਤ ਖਾਲਸਾ ਹੋਇਆ, ਮਤੇ ਪਾਸ ਹੋਏ, ਪਰ ਜਿਹੜਾ ਬਾਦਲ ਨੇ ਮਤਾ ਪਾਸ ਕਰਾਤਾ ਹੁਣ ਕਹਿੰਦਾ ਮੈਂ ਮਜਾਰੇ ਕਰੂੰਗਾ, ਪੁਤਲੇ ਸਾੜੂੰਗਾ, ਉਹਦਾ ਮਤਲਬ ਹੈ ਕਿ SGPC ਅਤੇ ਬਾਦਲ ਦਲੀਏ ਜੋ ਮਹਾਰਾਜ ਸਾਹਿਬ ਦੀ ਬੇਅਦਬੀ ਹੋਈ ਹੈ, ਜਿਹੜੀ ਮਾਫ਼ੀ ਦੇ ਦਿੱਤੀ ਹੈ ਸਾਧ ਨੂੰ, ਉਹ ਠੀਕ ਹੈ, ਅਤੇ ਅਸੀਂ ਲੋਕ ਜਿਹੜੇ ਮਹਾਰਾਜ ਦੇ ਪਿੱਛੇ ਜੂਝਦੇ ਰਹੇ ਹੈ, ਅਸੀਂ ISI ਦੇ ਨੁਮਾਇੰਦੇ ਹਾਂ। ISI ਪਾਕਿਸਤਾਨ ਦੀ ਜਸੂਸੀ ਏਜੰਸੀ ਹੈ। ਹੁਣ ਅਸੀਂ, ਤੁਸੀਂ ਜਿਹੜਾ ਇੱਥੇ ਖਾਸ ਆਏ ਹੋ, ਅਸੀਂ ਹੁਣ ISI ਦੀ ਏਜੰਸੀ ਹੈ। ਜੇ ISI ਦੀ ਅਸੀਂ ਏਜੰਸੀ ਹੈਗੇ ਹੈ, ਫਿਰ ਇੰਡੀਆ ਕਾਂਗਰਸ BJP ਬਾਦਲ ਦਲੀਏ ਕੀ ਕਰਨਗੇ? ਕਿਉਂ ਕਰਕੇ ਫਿਰ ਪੰਜਾਬ ਦੇ ਵਿੱਚ ਦਿੱਲੀ ਦੇ ਥੱਲੇ ਅਤੇ ਰੋ ਦੇ ਏਜੰਟ ਉਹ ISI ਤੋਂ ਘੱਟ ਹੋ ਜਾਣਗੇ। ਜੇ ਅਸੀਂ ISI ਹੈ ਤਾਂ ਫਿਰ ਦਿੱਲੀ ਦੇ ਥੱਲੇ ਤਾਂ ਇੱਥੇ ਘੱਟ ਹੋ ਕੇ ਬਾਦਲ ਕਰੀਏ, ਇਹ ਮਤਲਬ ਨਿਕਲਦਾ। ਹੁਣ ਦੇਖੋ ਇਹਨਾਂ ਨੂੰ ਹੁਣ ਸੁਰਤ ਨਹੀਂ ਕੀ ਕਹੀ ਜਾਂਦੇ ਆ,
अज का बयान है भगत साहब का कि कांग्रेस ने गुरु साहब के बेच महाराज सच्चे पातशाह गुरु ग्रंथ साहब के स्वरूपां की बहुत ज़्यादा व्यक्ति की ठीक है की है वो पिछे मैं IPS को इस्तीफा देता अज तक जद्दोजहद कर रहे हैं पर बादल साहब तुसी मैं दसो तुसी लौंगोवाल टोड़ा तलवंडी बरनाला बलवंत सिंह रेवन्यू वजीर चंदू माजरा रामूवालिया ये सारे ने उस वे जो इंदिरा गांधी प्राइम मिनिस्टर सी एदा गृह वजीर नरसिम्हा राव सी तुसी एदे नाल गल्लां बातां दिल्ली जाके नहीं कीतियां पंजाब के राजभवन के गवर्नर पांडे गवर्नर सी उत्थे तुसी सारियां गल्लां बातां कीतियां ते इंदिरा गांधी नूं कहा कि जिन्ना चिर संत जरनैल सिंह भिंडरांवालिया नूं मिलिट्री एक्शन के नाल खत्म नहीं करते उन्ना चिर साडे हथ चक्के असीं नहीं सियासत विच आ सकते। ये कहते हैं कि असीं तां एक महाराज सच्चे पातशाह की पीड़ की बेहतरी की है पर कांग्रेस अभी ज़्यादा नहीं की है। हम तुम दसो कि एक की करनी सैकड़े की करनी असी जे गुरु ग्रंथ साहब मानते हैं साडा गुरु है गुरु माण्यो ग्रंथ दसवें पातशाह कहते हैं सारी चीज गुरु ग्रंथ साहब थोड़ा मिल जूगी कि असी हूँ कही कि कांग्रेसिया ने 100 पीड़ा बेअत भी करती तुम एक दी की चंगे हैं। सो साध संगत जी इतने गल खड़ी हुई है मैं इस करके बेनती करना बरगाड़ी आओ ये जे बादल दरिए है इन्हों पिंडे होके इन्हों मुकाबले करो भोगों से व्यवहार से इन्हों जलील करो कि तुम बेदबी की है तो कांग्रेसिया ने भी की है भोला थोड़े पिछों कोई नहीं है तो फौजदारी ए नहीं होंगी है जे आप जाते जाते बादल दरिए मोटा मार दिए ये हर फौजदारी नहीं होंगी मोटा भी मारो जा रहा हाँ ठीक है। और चोर आ रही है अपनी कौमियत दिखाओ उत्ते आके जे हिंदू सिख के खिलाफ वोट पा सकता मुसलमान पा सकता अपनी कौमियत के पिछे पर तुसी अपनी सानू कौमियत दिखाओ हारीए जीतीए लेते करदा है पर तुहाडे विचों कौमियत दिखनी चाहिए। संत जरनैल सिंह ने बहुत भारी कुर्बानी की है सिंघां ने कुर्बानी की है तो मैं आस करता हुशियारपुर दयाबे दे ਤੁਸੀਂ ਸਿੰਘ ਹੋ ਪ੍ਰੈਸ ਦਾ ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਅਤੇ ਜਿਹੜੇ ਮੇਰੇ ਵੀਰ ਤੰਗ ਨਹੀਂ ਆਏ ਸਾਡੀ ਮੀਟਿੰਗ 'ਚ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਹੁਣ ਜ਼ਿਲ੍ਹਾ ਪਰਿਸ਼ਦ ਦੇ ਇਲੈਕਸ਼ਨ ਆ ਗਏ ਹੈ ਔਰ ਫਿਰ ਪੰਚਾਇਤਾਂ ਦੇ ਵੀ ਹੈ। ਇੱਕ ਮੇਰੇ ਲੀਡਰ ਨੇ ਮੈਨੂੰ ਕਿਹਾ ਕਿ ਇਹ ਤਾਂ ਖੱਤ ਕਰੂਗਾ ਸਾਰਾ ਨਹੀਂ ਸਾਧ ਸਕਦੇ ਜੀ ਅਸੀਂ ਸਾਰਿਆਂ ਦੇ ਨਹੀਂ ਕਰਾਂਗੇ सिर्फ हक नहीं करूँगा पर सारे करेंगे हक एक व्यक्ति है वो जो रंज है वो कुश्ती कर लो असी खाड़ा दस देंगे कि खाने जाओ पर सिखी तो अबाउट ना करो पिछा ना करो। सो इन शब्दों के नाल आप तो हुक्म मंगना वाहेगुरु जी का खालसा वाहेगुरु ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਇੱਕ ਬੇਨਤੀ ਹੈ ਕਿ ਮਾਨ ਸਾਹਿਬ ਅੱਧਾ ਘੰਟਾ 20 ਮਿੰਟ ਇੱਥੇ ਤੁਹਾਡੇ ਦਰਮਿਆਨ ਰੁਕਣਗੇ ਵਾਰੀ ਵਾਰੀ
जिन्हें भी कोई फोटो वगैरह करवानी है वो करवा दियो, खोलणबाजी ना करो। मैं बेनती करा नौजवान वीरां को बीबियों का जरूर सत्कार कर, उन्होंने पैर देन ते ओ थोड़ा जिहा जाप दे विच रहन ते लंगर तैयार है, सारे ने लंगर भी सक लै। गुरु कारी साहिब जी, जय